ਸਾਧ ਸੰਗਤ ਗੁਰੂ ਦਰਬਾਰ ਦੇ ਅੰਦਰ ਬੈਠ ਕੇ ਸਤਿਗੁਰਾਂ ਦੀ ਗੁਰਬਾਣੀ ਦੇ ਰਸ ਭਿੰਨੇ ਕੀਰਤਨ ਸ਼ਬਦ ਸਰਵਣ ਕੀਤੇ। ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦਾ ਇਤਿਹਾਸ ਆਪਾਂ ਸਰਵਣ ਕਰਨ ਵਾਸਤੇ ਗੁਰੂ ਦਰਬਾਰ ਵਿੱਚ ਆ ਕੇ ਬੈਠੇ ਹਾਂ। ਪਿਛਲੇ ਦੀਵਾਨ ਦੇ ਅੰਦਰ ਆਪਾਂ ਸਰਵਣ ਕੀਤਾ ਹੈ ਸਤਿਗੁਰਾਂ ਦਾ ਇਹ ਇਤਿਹਾਸ ਕਿ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ ਸਵਾਲ ਦੇ ਰੂਪ ਦੇ ਵਿੱਚ ਇੱਕ ਸਲੋਕ ਉਚਾਰਿਆ, ਬਲ ਛੁੱਟ ਕੇ ਉਹ ਬੰਧਨ ਪਰੇ ਕਛੂ ਨਾ ਹੋਤ ਉਪਾਏ, ਕਹੋ ਨਾਨਕ ਅਬ ਓਟ ਹਰ ਗਦ ਜਿਉਂ ਹੋ ਸਹਾਇ। ਸਾਡੇ 'ਤੇ ਬੰਧਨ ਪੈ ਗਏ ਨੇ, ਅਸੀਂ ਜੇਲ੍ਹ ਦੇ ਵਿੱਚ ਬੈਠੇ ਹਾਂ, ਹੁਣ ਸਾਡਾ ਕੋਈ ਚਾਰਾ ਨਹੀਂ। ਸਿੱਖ ਨੂੰ ਨਾਲ ਬਚਨ ਇਹ ਕਹਿ ਵੀ ਸਾਡੇ ਪੁੱਤਰ ਨੂੰ ਇਹ ਗੱਲ ਕਿਹੋ ਵੀ ਇਸ ਗੱਲ ਦਾ ਜਵਾਬ ਦੇਣਾ, ਉੱਤਰ ਦੇਣਾ ਇਸ ਸਲੋਕ ਦਾ। ਜਦੋਂ ਉਹ ਸਿੱਖ ਇਹ ਸਵਾਲ ਲੈ ਕੇ ਅਨੰਦਪੁਰ ਸਾਹਿਬ ਪਹੁੰਚਿਆ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਫਿਰ ਜਵਾਬ ਦਿੱਤਾ, ਕਹਿਣ ਲੱਗੇ ਬਲ ਹੋਵਾ ਬੰਧਨ ਛੁੱਟੇ, ਸਭ ਕੁਛ ਹੋ ਤੇ ਉਪਾਏ, ਨਾਨਕ ਸਭ ਕੁਛ ਤੁਮਰੇ ਹੱਥ ਮੈਂ ਤੁਮ ਹੀ ਹੋਤ ਸਹਾਇ। ਇਹ ਬਚਨ ਦਸਵੇਂ ਪਾਤਸ਼ਾਹ ਨੇ ਉੱਤਰ ਲਿਖ ਕੇ ਦਿੱਤਾ, ਪਿਤਾ ਜੀ ਤੁਹਾਨੂੰ ਬੰਧਨ ਕੋਈ ਪਾ ਨਹੀਂ ਸਕਦਾ, ਤੁਸੀਂ ਤੇ ਸਿੱਖਾਂ ਦੇ ਬੰਧਨ ਕੱਟਣ ਵਾਲੇ ਹੋ, ਤੁਹਾਨੂੰ ਕੌਣ ਬੰਧਨ ਪਾਵੇਗਾ, ਤੁਸੀਂ ਸ੍ਰਿਸ਼ਟੀ ਦੇ ਮਾਲਕ ਹੋ, ਜੋ ਚਾਹੋ ਉਹ ਕਰ ਸਕਦੇ ਹੋ, ਪਰ ਇਹ ਤੇ ਕੇਵਲ ਇੱਕ ਬਹਾਨਾ ਬਣਾ ਕੇ ਤੁਸੀਂ ਸੰਸਾਰ ਤੋਂ ਜਾਣ ਵਾਸਤੇ ਬਹਾਨਾ ਬਣਾ ਲਿਆ, ਤੁਹਾਨੂੰ ਬੰਧਨ ਕੋਈ ਪਾ ਨਹੀਂ ਸਕਦਾ। ਇਹ ਸਵਾਲ ਦਾ ਜਵਾਬ ਦਸਵੇਂ ਪਾਤਸ਼ਾਹ ਨੇ ਦਿੱਤਾ ਵੀ ਅਸੀਂ ਤੁਹਾਨੂੰ ਇਕੱਲਾ ਪਿਤਾ ਨਹੀਂ ਮੰਨਦੇ, ਅਸੀਂ ਤੁਹਾਨੂੰ ਪਰਮੇਸ਼ਰ ਵੀ ਮੰਨਦੇ ਹਾਂ। ਅਤੇ ਨਾਲ ਹੀ ਸਿੱਖ ਨੂੰ ਆਖਿਆ, ਸਿੱਖਾ ਇਹ ਚਿੱਠੀ ਲੈ ਕੇ ਛੇਤੀ ਤੂੰ ਅਨੰਦਪੁਰ ਸਾਹਿਬ ਤੋਂ ਚੱਲ ਕੇ ਦਿੱਲੀ ਪਹੁੰਚ, ਜਿੱਥੇ ਸਾਡੇ ਪਿਤਾ ਜੀ ਔਰੰਗਜ਼ੇਬ ਦੀ ਕੈਦ ਵਿੱਚ ਬੈਠੇ ਨੇ। ਮਹਾਰਾਜ ਜਾਣਦੇ ਨੇ ਸ਼ਹੀਦੀ ਦਾ ਸਮਾਂ ਨੇੜੇ ਆ ਗਿਆ, ਇਸ ਕਰਕੇ ਸਿੱਖ ਨੂੰ ਛੇਤੀ ਜਾਣ ਵਾਸਤੇ ਹੁਕਮ ਕੀਤਾ ਹੈ। ਇਹ ਇਤਿਹਾਸ ਪ੍ਰਸੰਗ ਆਪਾਂ ਪਿੱਛੇ ਸਰਵਣ ਕੀਤਾ ਸੀ, ਸਿੱਖ ਕਿਵੇਂ ਹੁਣ ਦਿੱਲੀ ਜਾਏਗਾ ਅਤੇ ਮਹਾਰਾਜ ਨੂੰ ਕਿਵੇਂ ਜਾ ਕੇ ਉੱਤਰ ਦੇਵੇਗਾ, ਇਹ ਆਪਾਂ ਅੱਜ ਸਰਵਣ ਕਰਾਂਗੇ। ਆਓ ਮਨ ਦਾ ਧਿਆਨ ਟਿਕਾਈਏ, ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਹਿਣ ਲੱਗੇ ਸਿੱਖ ਲੈ ਕੇ ਨਾ ਚਿੱਠੀ ਦਸਵੇਂ ਪਾਤਸ਼ਾਹ ਦੇ ਕੋਲੋਂ, 9 ਸਾਲ ਦੀ ਉਮਰਾਂ ਅਨੰਦਪੁਰ ਸਾਹਿਬ ਤੋਂ ਚਿੱਠੀ ਲੈ ਕੇ, ਮਹਾਰਾਜ ਦਾ ਹੁਕਮ ਸੀ ਛੇਤੀ ਜਾ ਦਿੱਲੀ ਨੂੰ, ਸਮਾਂ ਨਹੀਂ ਹੈ। ਨਾਲ ਹੀ ਵਰ ਦਿੱਤਾ, ਤੈਨੂੰ ਰਸਤੇ ਵਿੱਚ ਥਕਾਵਟ ਨਹੀਂ ਹੋਵੇਗੀ, ਤੂੰ ਥੱਕੇਗਾ ਨਹੀਂ, ਰਸਤੇ ਵਿੱਚ ਦੁਨੀਆ ਦੀ ਕੋਈ ਤਾਕਤ ਤੈਨੂੰ ਰੋਕ ਨਹੀਂ ਸਕੇਗੀ, ਡਰੀ ਨਾ ਕਿਸੇ ਤਰ੍ਹਾਂ, ਬੇਖੌਫ ਹੋ ਕੇ ਨਿਡਰ ਹੋ ਕੇ ਤੂੰ ਸਤਿਗੁਰਾਂ ਦੇ ਕੋਲ ਪਹੁੰਚਣਾ, ਤੇਰੇ ਕੰਮ ਦੇ ਵਿੱਚ ਵਿਘਨ ਨਹੀਂ ਪਵੇਗਾ। ਵਿਘਨ ਬਿਨਾਸਨ ਸਭ ਦੁੱਖ ਨਾਸਨ ਸਤਿਗੁਰ ਨਾਮ ਦਿਰਡਾਇਆ, ਸਤਿਗੁਰਾਂ ਦਾ ਤੇ ਨਾਮ ਹੀ ਏਡਾ ਵੱਡਾ ਵੀ ਵਿਘਨ ਨਾਸ ਹੋ ਜਾਣ, ਪਰ ਇੱਥੇ ਤੇ ਸਤਿਗੁਰੂ ਆਪ ਭੇਜਦੇ ਪੈ ਤੇ ਫਿਰ ਵਿਘਨ ਪੈ ਕਿਵੇਂ ਸਕਦਾ। ਸਿੱਖ ਨੇ ਚਿੱਠੀ ਲਈ ਤੇ ਉਸ ਵੇਲੇ ਚੱਲਣ ਵਾਸਤੇ ਤਿਆਰ ਹੋਇਆ ਹੈ। ਬਸ ਇੰਨੀ ਦੇਰ ਲੱਗੀ ਹੈ ਦਸਵੇਂ ਪਾਤਸ਼ਾਹ ਨੂੰ ਮੱਥਾ ਟੇਕਣ ਦੀ, ਬਸ ਇੰਨਾ ਟਾਈਮ ਲੱਗਿਆ। ਮੱਥਾ ਟੇਕਦਿਆਂ ਨਾਲ ਹੀ ਝੱਟ ਹੀ ਸਿੱਖ ਅਨੰਦਪੁਰ ਸਾਹਿਬ ਤੋਂ ਦਿੱਲੀ ਦੇ ਰਸਤੇ 'ਤੇ ਬੜੀ ਫੁਰਤੀ ਦੇ ਨਾਲ, ਬੜੀ ਕਾਹਲੀ ਦੇ ਨਾਲ, ਜਲਦੀ ਦੇ ਨਾਲ ਚੱਲਿਆ ਹੈ। ਦਿੱਲੀ ਨੂੰ ਜਿਹੜਾ ਰਸਤਾ ਜਾਂਦਾ ਨਾ, ਨਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਇਸ ਵੇਲੇ ਦਿੱਲੀ ਵਿੱਚ ਕੈਦ ਨੇ, ਔਰੰਗਜ਼ੇਬ ਨੇ ਲੋਹੇ ਦੇ ਪਿੰਜਰੇ ਵਿੱਚ ਬੰਦ ਕੀਤਾ ਹੋਇਆ, ਸਿੱਖ ਉਸ ਪਾਸੇ ਨੂੰ ਚੱਲਿਆ ਹੈ। ਹੁਣ ਦਸਵੇਂ ਪਾਤਸ਼ਾਹ ਦੇ ਬਚਨ ਸਨ ਵੀ ਤੈਨੂੰ ਥਕਾਵਟ ਨਹੀਂ ਹੋਵੇਗੀ। ਸਿੱਖ ਦਿਨੇ ਵੀ ਚੱਲਦਾ ਹੈ, ਰਾਤ ਨੂੰ ਵੀ ਚੱਲਦਾ, ਰਾਤ ਨੂੰ ਵੀ ਬੈਠਦਾ ਨਹੀਂ ਰਸਤੇ ਵਿੱਚ, ਬਸ ਇੰਨਾ ਕੁ ਸਮਾਂ ਬੈਠਦਾ ਵੀ ਜਿੱਥੇ ਕਿਤੇ ਭੋਜਨ ਛਕਣਾ ਜਾਂ ਪਾਣੀ ਪੀਣਾ, ਇੰਨਾ ਕੁ ਸਮਾਂ ਬੈਠਦਾ ਹੈ, ਨਹੀਂ ਤੇ ਲਗਾਤਾਰ ਦਿਨੇ ਰਾਤ ਸਫ਼ਰ ਕਰਦਾ ਹੋਇਆ ਤੁਰਿਆ ਜਾਂਦਾ ਹੈ। ਕਹਿਣ ਲੱਗੇ ਵੀ ਕੁਝ ਦਿਨਾਂ ਵਿੱਚ, ਦਿੱਲੀ ਦਾ ਰਸਤਾ ਹੈ ਤੇ ਲੰਮਾ, ਉਹਨਾਂ ਸਮਿਆਂ ਵਿੱਚ ਕਈ ਦਿਨ ਲੱਗ ਜਾਂਦੇ, ਪਰ ਇਹ ਸਿੱਖ ਨੇ ਕਈ ਦਿਨ ਨਹੀਂ ਲਾਏ, ਬੜੇ ਥੋੜ੍ਹੇ ਜਿਹੇ ਦਿਨਾਂ ਵਿੱਚ ਬੜੀ ਛੇਤੀ ਦੇ ਨਾਲ ਕਹਿਣ ਲੱਗੇ ਜਾ ਕੇ ਪਹੁੰਚ ਗਿਆ ਹੈ। ਅਤੇ ਦਿੱਲੀ ਦਾ ਜਿਹੜਾ ਦਰਵਾਜ਼ਾ ਹੈ ਨਾ, ਉਹਨਾਂ ਸਮਿਆਂ ਦੇ ਵਿੱਚ ਜਿਹੜੇ ਪੁਰਾਣੇ ਸ਼ਹਿਰ ਸਨ ਅਤੇ ਰਾਜੇ ਉਹਨਾਂ ਸ਼ਹਿਰਾਂ ਦੇ ਚਾਰ ਚੁਫੇਰੇ ਕੰਧ ਕਰਕੇ ਅਤੇ ਦਰਵਾਜ਼ੇ ਲਾ ਦਿੰਦੇ, ਰਾਤ ਨੂੰ ਉਹ ਦਰਵਾਜ਼ੇ ਬੰਦ ਹੋ ਜਾਂਦੇ।
ਤੇ ਸਿੱਖ ਜਿਹੜਾ ਹੈ ਨਾ ਉਸ ਵੇਲੇ ਮਹਾਰਾਜ ਦਾ ਉੱਤਰ ਲੈ ਕੇ ਦਿੱਲੀ ਦੇ ਮੁੱਖ ਦੁਆਰ ਦੇ ਉੱਪਰ ਉਸ ਵੇਲੇ ਪਹੁੰਚਾ ਹੈ ਅਤੇ ਸਿੱਖ ਨੂੰ ਡਰ ਕੋਈ ਨਹੀਂ ਹੈ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਗੁਰੂ ਮੇਰੇ ਅੰਗ ਸੰਗ, ਮੈਨੂੰ ਡਰ ਕਾਹਦਾ। ਔਰ ਸਤਿਗੁਰਾਂ ਨੇ ਤੇ ਬਚਨ ਕੀਤੇ ਵੀ ਤੈਨੂੰ ਰੋਕੇਗਾ ਕੋਈ ਨਹੀਂ, ਤੂੰ ਕਿਸੇ ਕੋਲੋਂ ਡਰਨਾ ਨਹੀਂ, ਗੁਰੂ ਨਾਨਕ ਪਾਤਸ਼ਾਹ ਤੇਰੀ ਆਪਣੇ ਆਪ ਸਹਾਇਤਾ ਕਰਨਗੇ। ਬਿਨਾਂ ਡਰ ਤੋਂ ਸਿੱਖ ਛੇਤੀ ਨਾਲ ਉਸ ਜਗ੍ਹਾ ਨੂੰ ਚੱਲ ਪਿਆ ਜਿਸ ਜੇਲ੍ਹ ਦੇ ਵਿੱਚ ਮਹਾਰਾਜ ਜੀ ਨੂੰ ਬੰਦ ਕੀਤਾ ਹੋਇਆ ਹੈ ਤੇ ਸਤਿਗੁਰਾਂ ਨੂੰ ਇਸਨੇ ਵੇਖ ਲਿਆ। ਜਦੋਂ ਜੇਲ੍ਹ ਦੇ ਅੰਦਰ ਪਹੁੰਚਾ ਤੇ ਸਾਹਮਣੇ ਜਿਸ ਕੋਠੜੀ ਵਿੱਚ ਮਹਾਰਾਜ ਨੂੰ ਬੰਦ ਕੀਤਾ ਸੀ, ਜਿਸ ਪਿੰਜਰੇ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਕੈਦ ਸਨ, ਸਿੱਖ ਨੇ ਦੂਰੋਂ ਹੀ ਮਹਾਰਾਜ ਸਾਹਿਬ ਜੀ ਨੂੰ ਉਸ ਵਿੱਚ ਵੇਖ ਲਿਆ ਹੈ ਤੇ ਸਿੱਖ ਨੇ ਮਹਾਰਾਜ ਦੇ ਦਰਸ਼ਨ ਕਰਦਿਆਂ ਦੂਰੋਂ ਦੇਖਦਿਆਂ ਆਪਣੇ ਹੱਥ ਜੋੜ ਲਏ ਤੇ ਸੀਸ ਝੁਕਾ ਲਿਆ ਕਿ ਮੈਂ ਆਪਣੇ ਗੁਰੂ ਦੇ ਦਰਸ਼ਨ ਕਰਦਾ ਪਿਆ, ਇਹ ਮੇਰੇ ਗੁਰੂ ਦੇ ਦਰਸ਼ਨ ਨੇ। ਬੜੀ ਭਾਵਨਾ ਦੇ ਨਾਲ ਸਿੱਖ ਨੇ ਸੀਸ ਨਵਾ ਕੇ ਨਮਸਕਾਰ ਕੀਤੀ ਹੈ। ਜਦੋਂ ਸਿੱਖ ਦਰਸ਼ਨ ਕਰਦਾ ਪਿਆ ਨਾ ਤੇ ਸਤਿਗੁਰਾਂ ਦਾ ਮੁੱਖ ਖਿੜਿਆ ਹੋਇਆ ਕਮਲ ਦੇ ਫੁੱਲ ਵਾਂਗ। ਸਾਡੇ ਤੇ ਕੋਈ ਨਿੱਕੀ ਜਿਹੀ ਮੁਸੀਬਤ ਪੈ ਜਾਵੇ ਨਾ, ਨਿੱਕਾ ਜਿਹਾ ਕੋਈ ਨੁਕਸਾਨ ਹੋ ਜਾਵੇ, ਕੋਈ ਝਗੜਾ ਪੈ ਜਾਵੇ ਤੇ ਸਾਡਾ ਚਿਹਰਾ ਕੁਮਲਾ ਜਾਂਦਾ, ਸਾਡੇ ਚਿਹਰੇ ਤੋਂ ਪਤਾ ਲੱਗ ਜਾਂਦਾ ਵੀ ਇਹ ਕੋਈ ਬਿਪਤਾ ਵਿੱਚ ਹੈ, ਇਹ ਕਿਸੇ ਫਿਕਰ ਵਿੱਚ ਹੈ। ਮਹਾਰਾਜ ਜੀ ਜੇਲ੍ਹ ਵਿੱਚ ਬੈਠੇ ਨੇ, ਸਤਿਗੁਰਾਂ ਨੂੰ ਇਹ ਵੀ ਪਤਾ ਵੀ ਹੁਣ ਸਾਡੀ ਸ਼ਹੀਦੀ ਦਾ ਸਮਾਂ ਨੇੜੇ ਹੈ। ਬਾਦਸ਼ਾਹ ਔਰੰਗਜ਼ੇਬ ਬੜੀਆਂ ਸਜਾਵਾਂ ਦਿੰਦਾ ਪਿਆ, ਲੋਹੇ ਦੇ ਪਿੰਜਰੇ ਵਿੱਚ ਬੰਦ ਕੀਤਾ ਹੈ, ਉਹਦੇ ਵਿੱਚ ਨਾ ਬੈਠਾ ਜਾ ਸਕਦਾ ਹੈ, ਨਾ ਖੜਿਆ ਹੋ ਜਾਇਆ ਜਾ ਸਕਦਾ ਹੈ, ਨਾ ਲੰਮੇ ਪਿਆ ਜਾਇਆ ਜਾ ਸਕਦਾ ਹੈ, ਇਹੋ ਜਿਹੇ ਪਿੰਜਰੇ ਵਿੱਚ ਬੈਠੇ ਪਰ ਮਹਾਰਾਜ ਦਾ ਚਿਹਰਾ ਕਮਲ ਦੇ ਫੁੱਲ ਵਾਂਗ ਖਿੜਿਆ ਹੋਇਆ, ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਹੈ। ਹੁਣ ਸਤਿਗੁਰਾਂ ਦੇ ਜਵਾਬ ਦੇਣ ਦੀ ਜਿਹੜੀ ਚਿੱਠੀ ਲੈ ਕੇ ਗਿਆ ਸੀ ਨਾ ਸਾਹਿਬ ਗੋਬਿੰਦ ਰਾਏ ਜੀ ਨੇ, ਜਿਹੜੀ ਚਿੱਠੀ ਭੇਜੀ ਆਪਣੇ ਪਿਤਾ ਦੇ ਸਵਾਲ ਦਾ ਜਵਾਬ ਦੇਣ ਵਾਸਤੇ, ਉਹ ਚਿੱਠੀ ਸਿੱਖ ਨੇ ਮਹਾਰਾਜ ਸਾਹਿਬ ਜੀਆਂ ਦੇ ਅੱਗੇ ਰੱਖ ਦਿੱਤੀ ਹੈ ਤੇ ਜਿਹੜੇ ਜ਼ੁਬਾਨੀ ਸੁਨੇਹੇ ਮਿਲੇ ਸਨ ਮਾਤਾ ਗੁਜਰੀ ਜੀਆਂ ਨੇ ਕੀ ਆਖਿਆ ਉਹ ਜ਼ੁਬਾਨੀ ਦੱਸ ਦਿੱਤਾ ਵੀ ਮਾਤਾ ਗੁਜਰੀ ਜੀਆਂ ਦਾ ਇਹ ਸੁਨੇਹਾ ਮਹਾਰਾਜ ਤੁਹਾਡੇ ਵਾਸਤੇ, ਮਾਤਾ ਨਾਨਕੀ ਜੀਆਂ ਦਾ ਕੀ ਸੁਨੇਹਾ ਉਹ ਵੀ ਜ਼ੁਬਾਨੀ ਦੱਸ ਦਿੱਤਾ। ਬਾਕੀ ਪਰਿਵਾਰ ਦੀਆਂ ਗੱਲਾਂ ਜਦੋਂ ਆਪਾਂ ਕਿਤੇ ਜਾਂਦੇ ਹਾਂ ਕੁਝ ਗੱਲਾਂ ਅਸੀਂ ਜ਼ੁਬਾਨੀ ਦੱਸ ਦਿੰਦੇ ਜੋ ਸਾਨੂੰ ਪਤਾ ਹੁੰਦਾ, ਸਿੱਖ ਨੂੰ ਜੋ ਕੁਝ ਪਤਾ ਸੀ ਨਾ ਪਰਿਵਾਰ ਬਾਰੇ ਉਹ ਤੇ ਜ਼ੁਬਾਨੀ ਦੱਸ ਦਿੱਤਾ, ਮਹਾਰਾਜ ਇਹ ਗੱਲਾਂ ਇਸ ਵੇਲੇ ਆਪਣਾ ਪਰਿਵਾਰ ਇਸ ਹਾਲਤ ਵਿੱਚ ਹੈ, ਪਰ ਜਿਹੜਾ ਜਵਾਬ ਸੀ ਨਾ ਉੱਤਰ ਉਹ ਚਿੱਠੀ ਵਿੱਚ ਲਿਖਿਆ ਤੇ ਚਿੱਠੀ ਸਿੱਖ ਨੇ ਅੱਗੇ ਰੱਖ ਦਿੱਤੀ ਹੈ ਤੇ ਸਤਿਗੁਰਾਂ ਨੇ ਚਿੱਠੀ ਆਪਣੇ ਹੱਥਾਂ ਵਿੱਚ ਫੜੀ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀਆਂ ਨੇ ਜਦੋਂ ਚਿੱਠੀ ਖੋਲ੍ਹ ਕੇ ਮਹਾਰਾਜ ਨੇ ਪੜ੍ਹਨਾ ਕੀਤੀ ਹੈ ਤੇ ਸਤਿਗੁਰੂ ਪਾਤਸ਼ਾਹ ਦੇ ਅੰਦਰ ਡਾਢੀ ਧੀਰਜ ਹੈ, ਡਾਢਾ ਹੌਸਲਾ ਹੈ। ਉਸ ਵੇਲੇ ਪਾਤਸ਼ਾਹ ਜੀ ਆਪਣੇ ਪੁੱਤਰ ਦਾ ਮਹਾਰਾਜ ਖਿਆਲ ਜਾਣਨਾ ਚਾਹੁੰਦੇ ਸਨ ਵੀ ਸਾਡੇ ਪੁੱਤਰ ਦੇ ਮਨ ਦਾ ਕੀ ਵਿਚਾਰ ਹੈ, ਭਾਵੇਂ ਕਿ ਪਰਖ ਤੇ ਮਹਾਰਾਜ ਨੇ ਪਹਿਲਾਂ ਹੀ ਕਰ ਲਈ। ਜਦੋਂ ਕਸ਼ਮੀਰੀ ਪੰਡਿਤ ਆਏ ਨਾ ਚੱਲ ਕੇ, ਮਹਾਰਾਜ ਸਾਡਾ ਧਰਮ ਜਾਂਦਾ ਪਿਆ, ਉਸ ਵੇਲੇ ਗੋਬਿੰਦ ਰਾਏ ਸਾਹਿਬ ਜੀਆਂ ਨੇ ਇਹ ਬਚਨ ਆਖੇ ਸਨ, ਪਿਤਾ ਜੀ ਜਾ ਕੇ ਸ਼ਹੀਦੀ ਦਿਓ ਤੇ ਡੁੱਬਦਾ ਧਰਮ ਬਚਾ ਲਵੋ। ਹੁਣ ਪਰਖ ਤੇ ਹੋ ਗਈ ਹੈ ਵੀ ਸਾਡੇ ਪੁੱਤਰ ਨੇ ਸਾਨੂੰ ਇੰਨਾ ਯੋਗ ਸਮਝਿਆ ਵੀ ਅਸੀਂ ਧਰਮ ਨੂੰ ਬਚਾਉਣ ਦੀ ਸਮਰੱਥਾ ਰੱਖਦੇ ਹਾਂ, ਪਰ ਇਹ ਸੰਗਤ ਵਿੱਚ ਦੂਜੀ ਪਰਖ ਮਹਾਰਾਜ ਨੇ ਫਿਰ ਕੀਤੀ ਹੈ। ਹੁਣ ਮਹਾਰਾਜ ਸਾਹਿਬ ਜੀ ਆਪਣੇ ਪੁੱਤਰ ਦਾ ਸਿਧਾਂਤ ਜਾਣ ਗਏ ਕਿ ਸਾਡੇ ਪੁੱਤਰ ਦਾ ਸਿਧਾਂਤ ਜਿਹੜਾ ਹੈ ਨਾ ਉਹ ਬੜਾ ਡੂੰਘਾ ਹੈ, ਬੜੀ ਡੂੰਘੀ ਵਿਚਾਰ ਰੱਖਦੇ ਹਨ ਤੇ ਸਤਿਗੁਰਾਂ ਨੇ ਪੜ੍ਹੀ ਚਿੱਠੀ, ਚਿੱਠੀ ਵਿੱਚ ਲਿਖਿਆ ਬਲ ਹੋਵਾ ਬੰਧਨ ਛੁੱਟੇ, ਸਤਿਗੁਰੂ ਪਾਤਸ਼ਾਹ ਤੁਹਾਡੇ ਵਿੱਚ ਤਾਕਤ ਹੈ, ਤੁਸੀਂ ਹਿੰਦੁਸਤਾਨ ਦੇ ਲੋਕਾਂ ਨੂੰ ਪਏ ਹੋਏ ਜਿਹੜੇ ਬੰਧਨ ਨੇ ਨਾ ਸ਼ਰ੍ਹਾਂ ਦੇ ਔਰੰਗਜ਼ੇਬ ਵੱਲੋਂ ਪਾਏ ਗਏ, ਉਹਨਾਂ ਬੰਧਨਾਂ ਨੂੰ ਤੋੜਨ ਦਾ ਤੁਹਾਡੇ ਵਿੱਚ ਬਲ ਹੈ, ਬਲ ਹੋਵਾ ਬੰਧਨ ਛੁੱਟੇ, ਤੁਹਾਡੇ ਵਿੱਚ ਬਲ ਹੈ, ਤੁਹਾਡੀ ਸ਼ਹੀਦੀ ਹੁੰਦਿਆਂ ਹੀ ਇਹ ਜਿਹੜੇ ਸ਼ਰ੍ਹਾਂ ਦੇ ਬੰਧਨ ਪੈਣੇ ਨੇ ਹਿੰਦੁਸਤਾਨ ਨੂੰ ਸਾਰੇ ਲੋਕਾਂ ਨੂੰ ਮੁਸਲਮਾਨ ਬਣਾਉਣ ਦਾ ਇਹ ਵਿਚਾਰ ਰੱਖਦਾ ਔਰੰਗਜ਼ੇਬ, ਇਹ ਸਾਰਾ ਖਤਮ ਹੋ ਜਾਣਾ, ਸਭ ਕੁਛ ਹੋ ਤੇ ਉਪਾਏ ਸਾਰੇ ਉਪਾਅ ਤੁਹਾਡੇ ਕੋਲੋਂ ਹੀ ਹੋਣੇ ਨੇ, ਨਾਨਕ ਸਭ ਕੁਛ ਤੁਮਰਾ ਹੱਥ ਮੈਂ ਤੁਮ ਹੀ ਹੋਤ ਸਹਾਏ। ਇਹ ਜਦੋਂ ਸ਼ਬਦ ਮਹਾਰਾਜ ਜੀ ਨੇ ਪੜ੍ਹਿਆ ਹੈ
ਤੇ ਸਤਿਗੁਰੂ ਪਿਛਲੀ ਗੱਲ ਯਾਦ ਕਰਦੇ ਕਵੀ ਸੰਤੋਖ ਸਿੰਘ ਜੀ, ਪਿਛਲਾ ਬਚਨ ਜਿਹੜਾ ਨਾ ਪਿਛਲੇ ਜਨਮਾਂ ਦੀ ਗੱਲ ਉਹ ਇੱਥੇ ਯਾਦ ਕਰਾਉਂਦੇ ਪਏ ਵੀ ਲੱਖਾਂ ਸਾਲਾਂ ਦਾ ਜਿਹੜਾ ਤਪ ਹੈ ਇਹਨਾਂ ਦੇ ਪੈਦਾ ਕਰਨ ਵਾਸਤੇ ਅਸੀਂ ਕੀਤਾ। ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਸਾਹਿਬ ਜੀ ਇਹ ਬਚਨ ਯਾਦ ਕਰਦੇ ਪਏ ਕਿ ਅਸੀਂ ਆਪਣੇ ਪੁੱਤਰ ਸਾਹਿਬ ਗੋਬਿੰਦ ਰਾਏ ਜੀਆਂ ਦੇ ਜਨਮ ਵਾਸਤੇ ਬੜਾ ਵੱਡਾ ਤਪ ਕੀਤਾ ਹੈ। ਔਰ ਦਸਵੇਂ ਪਾਤਸ਼ਾਹ ਨੇ ਲਿਖਿਆ ਵੀ ਹੈ ਆਪਣੀ ਕਲਮ ਦੇ ਦੁਆਰਾ, ਕਹਿਣ ਲੱਗੇ ਕਿ ਮੁਰਪਿਤ ਪੂਰਬ ਕੀ ਇਸ ਪਿਆਨਾ, ਭਾਂਤ ਭਾਂਤ ਕੇ ਤੀਰਥ ਨਾਨਾ, ਅਤੇ ਇਸੇ ਤਰ੍ਹਾਂ ਤਾਤ ਮਾਤ ਮੁਰ ਅਲੱਖ ਅਰਾਧਾ, ਬਹੁ ਵਿਧ ਯੋਗ ਸਾਧਨਾ ਸਾਧਾ, ਇਹ ਵਿਧ ਕਰਤ ਤਪੱਸਿਆ ਭਇਓ। ਵਿਚਿੱਤਰ ਨਾਟਕ ਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਬਚਨ ਲਿਖੇ, ਮੇਰੇ ਮਾਤਾ ਅਤੇ ਪਿਤਾ ਨੇ ਮੁਰ ਪਿਤ ਮੇਰੇ ਪਿਤਾ ਜੀ, ਮੁਰ ਪਿਤ ਮੇਰੇ ਪਿਤਾ ਜੀ ਨੇ ਅਤੇ ਮਾਤਾ ਜੀ ਨੇ ਸਾਰਿਆਂ ਨੇ ਮਿਲ ਕਰਕੇ ਅਲੱਖ ਪਰਮਾਤਮਾ ਨੂੰ ਅਰਾਧਿਆ, ਉਹਦਾ ਸਿਮਰਨ ਕੀਤਾ, ਪਰਮਾਤਮਾ ਨੂੰ ਯਾਦ ਕੀਤਾ। ਕਾਹਦੇ ਵਾਸਤੇ ਕਿ ਸਾਡੇ ਘਰ ਵਿੱਚ ਇਹੋ ਜਿਹਾ ਬਲੀ ਪੁੱਤਰ ਪੈਦਾ ਹੋਵੇ ਜਿਹੜਾ ਧਰਮ ਦੀ ਰੱਖਿਆ ਕਰਨ ਵਾਲਾ ਹੋਵੇ। ਇਤਿਹਾਸ ਵਿੱਚ ਬਚਨ ਆਉਂਦਾ ਹੈ, ਜਦੋਂ ਸਤਿਗੁਰੂ ਚੱਲਦਿਆਂ ਚੱਲਦਿਆਂ ਇਲਾਹਾਬਾਦ ਦੀ ਧਰਤੀ 'ਤੇ ਗਏ ਨਾ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ, ਸਤਿਗੁਰੂ ਵਾਰ ਵਾਰ ਵਿਹੜੇ ਵਿੱਚ ਬੈਠੇ ਹੋਏ ਇਕੱਲੇ ਹੀ ਆਪਣੀ ਮੌਜ ਦੇ ਵਿੱਚ ਪਲੰਘੇ ਦੇ ਉੱਪਰ, ਇਹ ਸਮਾਂ ਵੇਖ ਕੇ ਮਾਤਾ ਨਾਨਕੀ ਜੀ ਕੋਲ ਚਲੇ ਗਏ ਜੋ ਸਤਿਗੁਰਾਂ ਦੇ ਮਾਤਾ ਜੀ ਨੇ, ਜਾ ਕੇ ਬਚਨ ਕੀਤਾ, ਕਹਿਣ ਲੱਗੇ ਪੁੱਤਰ ਸੋ ਸਾਡੀ ਮਨ ਦੀ ਇੱਛਾ ਹੈ ਕਿ ਅਸੀਂ ਪੋਤਰੇ ਦੇ ਦਰਸ਼ਨ ਕਰੀਏ, ਔਰ ਤੁਹਾਡੇ ਪਿਤਾ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਬਚਨ ਨੇ ਵੀ ਅਸੀਂ ਪੋਤਰੇ ਨੂੰ ਗੋਦੀ ਵਿੱਚ ਖਿਲਾ ਕੇ ਫਿਰ ਦੁਨੀਆ ਛੱਡਾਂਗੇ, ਸੱਚਖੰਡ ਨੂੰ ਫਿਰ ਜਾਵਾਂਗੇ, ਸਾਡੇ ਸਰੀਰ ਦੀ ਉਮਰਾਂ ਬੜੀ ਵੱਡੀ ਹੋ ਗਈ ਹੈ, ਪਰ ਉਹ ਬਚਨ ਹਾਲੇ ਤੱਕ ਪੂਰਾ ਨਹੀਂ ਹੋਇਆ, ਆਪ ਜੀ ਕਿਰਪਾ ਕਰੋ, ਘਰ ਦੇ ਵਿੱਚ ਪੁੱਤਰ ਦੀ ਦਾਤ ਬਖਸ਼ਿਸ਼ ਕਰੋ। ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਸੁਣੇ ਬਚਨ ਅਤੇ ਮਹਾਰਾਜ ਸਾਹਿਬ ਕਹਿਣ ਲੱਗੇ, ਮਾਤਾ ਜੀ ਸਾਰੀਆਂ ਦਾਤਾਂ ਗੁਰਬਾਣੀ ਵਿੱਚੋਂ ਹੀ ਪ੍ਰਾਪਤ ਹੁੰਦੀਆਂ, ਇਸ ਕਰਕੇ ਸ੍ਰੀ ਅਖੰਡ ਪਾਠ ਸਾਹਿਬ ਇੱਥੇ ਕਰਵਾਇਆ ਜਾਏ ਅਤੇ ਅਖੰਡ ਪਾਠ ਸਾਹਿਬ ਸੁਣਿਆ ਜਾਏ, ਗੁਰਬਾਣੀ ਸੁਣੀ ਜਾਏ, ਅਤੇ ਗੁਜਰੀ ਜੀਆਂ ਨੂੰ ਸਾਡੀ ਸੁਪਤਨੀ ਨੂੰ ਕਹੋ ਕਿ ਸੰਗਤ ਵਾਸਤੇ ਆਪ ਪ੍ਰਸ਼ਾਦਾ ਤਿਆਰ ਕਰੇ, ਰਸੋਈ ਵਿੱਚ ਜਾ ਕੇ ਆਟਾ ਪੀਸ ਕੇ ਚੱਕੀ ਦੇ ਨਾਲ, ਉਸ ਵੇਲੇ ਹੱਥ ਵਾਲੀਆਂ ਚੱਕੀਆਂ ਚੱਲਦੀਆਂ ਸਨ, ਆਟਾ ਪੀਹ ਕੇ ਪ੍ਰਸ਼ਾਦਾ ਤਿਆਰ ਕਰੋ, ਭਾਵਨਾ ਨਾਲ ਸੰਗਤ ਨੂੰ ਛਕਾਓ ਅਤੇ ਸ੍ਰੀ ਅਖੰਡ ਪਾਠ ਸਰਵਣ ਕਰੋ, ਤੁਹਾਡੀ ਭਾਵਨਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਪੂਰੀ ਕਰਨਗੇ। ਜਦੋਂ ਇਹ ਬਚਨ ਹੋਇਆ ਫਿਰ ਉੱਥੇ ਗੁਰਦੁਆਰਾ ਬਣਿਆ ਹੋਇਆ ਵੱਡੀ ਸੰਗਤ, ਉਸ ਜਗ੍ਹਾ ਦੇ ਉੱਪਰ ਸ੍ਰੀ ਅਖੰਡ ਪਾਠ ਸਾਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਨੇ ਕਰਵਾਇਆ। ਇਤਿਹਾਸਕਾਰ ਇਹ ਬਚਨ ਲਿਖਦੇ ਨੇ, ਇੱਕੇ ਚੌਂਕੜੇ ਦੇ ਵਿੱਚ ਬੈਠ ਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਸਾਰਾ ਅਖੰਡ ਪਾਠ ਸਾਹਿਬ ਸਰਵਣ ਕੀਤਾ। ਉਸ ਵੇਲੇ ਜਿਹੜੇ ਸਿੱਖ ਸਨ ਉਹਨਾਂ ਨੇ ਬਾਣੀ ਪੜ੍ਹ ਕੇ ਸ੍ਰੀ ਅਖੰਡ ਪਾਠ ਸਾਹਿਬ ਸਰਵਣ ਕਰਵਾਇਆ। ਮਾਤਾ ਗੁਜਰੀ ਜੀਆਂ ਨੇ ਲੰਗਰ ਦੇ ਵਿੱਚ ਹੱਥੀਂ ਸੇਵਾ ਪ੍ਰਸ਼ਾਦੇ ਪਾਣੀ ਦੀ ਕੀਤੀ ਅਤੇ ਸਾਹਿਬ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਅੱਗੇ ਅਰਦਾਸ ਬੇਨਤੀ ਹੋਈ, ਗੁਰੂ ਨਾਨਕ ਦੇਵ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਹੋਈ। ਅਤੇ ਉਸ ਵੇਲੇ ਫਿਰ ਤਾਂ ਹੀ ਮਹਾਰਾਜ ਜੀ ਨੇ ਬਚਨ ਲਿਖਿਆ ਨਾ, ਕਹਿਣ ਲੱਗੇ ਭਾਈ ਕਿ ਇਸ ਤਰ੍ਹਾਂ ਜਬ ਹੀ ਜਾਤ ਤ੍ਰਿਵੇਣੀ ਭੈ, ਪੁੰਨ ਦਾਨ ਦਿਨ ਕਰਤ ਬਤਾਏ, ਤਹੀਂ ਪ੍ਰਕਾਸ਼ ਹਮਾਰਾ ਪਇਓ। ਸੋ ਜਦੋਂ ਤ੍ਰਿਵੇਣੀ ਪਹੁੰਚੇ ਨਾ ਇਲਾਹਾਬਾਦ ਦੀ ਧਰਤੀ 'ਤੇ ਅਖੰਡ ਪਾਠ ਸਾਹਿਬ ਸੰਪੂਰਨ ਹੋਏ, ਕਹਿੰਦੇ ਉਸ ਵੇਲੇ ਫਿਰ ਅਸੀਂ ਆਪਣੀ ਮਾਤਾ ਜੀ ਦੀ ਕੁੱਖ ਵਿੱਚ ਉਤਾਰਾ ਕੀਤਾ, ਉਸ ਵੇਲੇ ਅਸੀਂ ਉਹਨਾਂ ਨੂੰ ਪ੍ਰਾਪਤ ਹੋਏ। ਫਿਰ ਇੱਥੋਂ ਚੱਲ ਕੇ ਇਲਾਹਾਬਾਦ ਤੋਂ ਮਹਾਰਾਜ ਪਟਨਾ ਸਾਹਿਬ ਗਏ ਅਤੇ ਫਿਰ ਅੱਗੇ ਬਚਨ ਲਿਖਿਆ, ਪਟਨਾ ਸ਼ਹਿਰ ਵਿਖੇ ਭਵ ਲਇਓ। ਫਿਰ ਅਸੀਂ ਪਟਨੇ ਦੀ ਧਰਤੀ 'ਤੇ ਜਾ ਕੇ ਅਵਤਾਰ ਲਿਆ। ਇਹ ਬਚਨ ਦਸਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਆਪ ਲਿਖੇ ਨੇ। ਭਾਵ ਇਹ ਹੈ ਕਿ ਇਸ ਜਨਮ ਦੇ ਵਿੱਚ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਔਰ ਮਾਤਾ ਸਾਹਿਬ ਮਾਤਾ ਗੁਜਰੀ ਜੀਆਂ ਨੇ ਦਸਵੇਂ ਪਾਤਸ਼ਾਹ ਗੋਬਿੰਦ ਰਾਏ ਸਾਹਿਬ ਜੀਆਂ ਦੀ ਪ੍ਰਾਪਤੀ ਵਾਸਤੇ ਵੀ ਬੜੀ ਘਾਲਣਾ ਘਾਲੀ ਹੈ, ਬੜੀ ਮੁਸ਼ਕਤ ਕੀਤੀ ਹੈ, ਗੁਰਬਾਣੀ ਦੇ ਪਾਠ ਸਰਵਣ ਕੀਤੇ, ਸੰਗਤਾਂ ਸਿੱਖਾਂ ਦੀ ਸੇਵਾ ਕੀਤੀ। ਇੱਥੇ ਹੀ ਬਸ ਨਹੀਂ, ਪਰ ਭਾਈ ਸੰਤੋਖ ਸਿੰਘ ਜੀ ਇੱਥੇ ਪਿਛਲੀ ਗੱਲ ਨੂੰ ਯਾਦ ਕਰਦੇ ਪਏ ਕਿ ਜਦੋਂ ਪਿਛਲੇ ਜਨਮ ਦੇ ਵਿੱਚ ਸਮੁੰਡ ਰਿਖੀ ਬਣ ਕੇ ਆਪ ਜੀ ਨੇ ਬੜਾ ਭਿਆਨਕ ਤਪ ਕੀਤਾ ਅਤੇ ਉਸ ਵੇਲੇ ਇਹ ਤਪ ਕਰਕੇ ਫਿਰ ਆਪ ਜੀਆਂ ਨੂੰ ਇਹ ਪੁੱਤਰ ਦੀ ਪ੍ਰਾਪਤੀ ਹੋਈ ਹੈ, ਉਹ ਬਚਨ ਇੱਥੇ ਯਾਦ ਆਏ ਹਨ। ਇੱਕ ਅੰਕਾਰ ਪਰਮਾਤਮਾ ਨੂੰ ਅਰਾਧਿਆ, ਪਰਮੇਸ਼ਰ ਨੂੰ ਯਾਦ ਕੀਤਾ। ਪਰਮੇਸ਼ਰ ਦੇ ਗੁਰਮੁਖੋ ਕਈ ਨਾਮ ਨੇ, ਪਰ ਉਹਨਾਂ ਕਈ ਨਾਮਾਂ ਵਿੱਚੋਂ ਇੱਕ ਨਾਮ ਹੈ ਇੱਕ ਓ ਅੰਕਾਰ,
ਜਿਹੜਾ ਮੁੱਖ ਨਾਮ ਪਰਮਾਤਮਾ ਦਾ ਆਪਾਂ ਕਹਿ ਸਕਦੇ, ਜਿਹੜਾ ਨਾਮ ਸਾਨੂੰ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਬਖਸ਼ਿਆ, ਉਹ ਹੈ ਇੱਕ ਓਅੰਕਾਰ। ਇੱਕ ਓਅੰਕਾਰ ਪਰਮਾਤਮਾ ਦਾ ਨਾਮ ਹੈ। ਸੋ ਕਹਿਣ ਲੱਗੇ ਪਰਮਾਤਮਾ ਨੂੰ ਉੱਥੇ ਯਾਦ ਕੀਤਾ ਹੈ ਤੇ ਕਹਿਣ ਲੱਗੇ ਵੀ ਜਦੋਂ ਇਹ ਸਮੁੰਡ ਰਿਖੀ ਜੀ ਤਪ ਕਰਦੇ ਪਏ ਨਾ ਪਰਬਤ ਤੇ ਬੈਠ ਕੇ ਕਿਸੇ ਪਹਾੜੀ ਤੇ, ਇਹ ਪਿਛਲੇ ਜਨਮ ਦੀ ਕਥਾ ਇੱਥੇ ਭਾਈ ਸੰਤੋਖ ਸਿੰਘ ਨੇ ਲਿਖੀ ਹੈ। ਕਹਿਣ ਲੱਗੇ ਉਸ ਵੇਲੇ ਦੈਂਤਾਂ ਦਾ ਦੇਵਤਿਆਂ ਦਾ ਬੜਾ ਭਾਰੀ ਜੰਗ ਹੋਇਆ ਤੇ ਜੰਗ ਦੇ ਵਿੱਚ ਦੈਂਤਾਂ ਦਾ ਪਲੜਾ ਭਾਰੀ ਹੋ ਗਿਆ ਤੇ ਦੇਵਤਿਆਂ ਦਾ ਪਲੜਾ ਥੋੜ੍ਹਾ ਹੌਲਾ ਹੋ ਗਿਆ। ਅਤੇ ਉਸ ਵੇਲੇ ਜਿਹੜੀ ਦੇਵੀ ਦੇਵਤਿਆਂ ਦਾ ਪੱਖ ਕਰਦੀ ਪਈ ਸੀ ਉਹ ਜੰਗ ਨੂੰ ਛੱਡ ਕੇ ਅਤੇ ਕਿਤੇ ਪਹਾੜਾਂ ਵਿੱਚ ਜਾ ਕੇ ਛੁੱਪ ਗਈ। ਉਹ ਜਿਹੜੇ ਦੈਂਤ ਸਨ ਉਹ ਲੱਭਦੇ ਲੱਭਦੇ ਦੇਵੀ ਨੂੰ ਉਸ ਜਗ੍ਹਾ 'ਤੇ ਪਹੁੰਚੇ ਜਿੱਥੇ ਇਹ ਰਿਖੀ ਸਮੁੰਡ ਰਿਖੀ ਜੀ ਤਪ ਕਰਦੇ ਪਏ। ਜਾ ਕੇ ਪੁੱਛਿਆ ਵੀ ਇੱਧਰ ਨੂੰ ਇੱਕ ਔਰਤ ਆਈ ਹੈ ਜੰਗ ਕਰਦੇ ਆ, ਤੁਸੀਂ ਦੇਖਿਆ ਕਿ ਨਹੀਂ? ਤੇ ਸਮੁੰਡ ਰਿਖੀ ਨੇ ਸੁਭਾਵਕ ਹੀ ਬਚਨ ਕਹਿ ਦਿੱਤਾ। ਕਹਿਣ ਲੱਗੇ ਵੀ ਉਹ ਤੁਹਾਡਾ ਕਾਲ ਹੈ, ਤੁਹਾਡੀ ਮੌਤ ਹੈ, ਉਹਨੂੰ ਲੱਭੋ ਨਾ, ਪਿੱਛੇ ਮੁੜ ਜਾਓ, ਨਹੀਂ ਤੇ ਤੁਹਾਡਾ ਅੰਤ ਹੋ ਜਾਏਗਾ। ਜਦੋਂ ਇਹ ਬਚਨ ਦੈਂਤਾਂ ਨੇ ਸੁਣਿਆ ਗੁੱਸਾ ਆ ਗਿਆ ਮਨ ਵਿੱਚ ਵੀ ਇਹ ਸਾਨੂੰ ਮਾਰਨ ਦੀ ਗੱਲ ਕਰਦਾ, ਸਾਡੇ ਦੁਸ਼ਮਣ ਦੀ ਉਸਤਤ ਕਰਦਾ ਹੈ। ਉਹਨਾਂ ਨੇ ਆਖਿਆ ਵੀ ਦੇਵੀ ਨੂੰ ਤੇ ਬਾਹਰ ਵਿੱਚ ਮਾਰਾਂਗੇ, ਪਹਿਲਾਂ ਤੈਨੂੰ ਮਾਰੀਏ ਜਿਹੜਾ ਇਹ ਗੱਲ ਸਾਨੂੰ ਕਹਿੰਦਾ ਪਿਆ। ਜਦੋਂ ਤਲਵਾਰ ਕੱਢ ਕੇ ਸਮੁੰਡ ਰਿਖੀ ਨੂੰ ਮਾਰਨ ਲੱਗੇ ਤੇ ਉਸ ਵੇਲੇ ਫਿਰ ਕਹਿੰਦੇ ਰਿਖੀ ਨੇ ਪਰਮਾਤਮਾ ਨੂੰ ਯਾਦ ਕੀਤਾ, ਅਕਾਲ ਪੁਰਖ ਇਹਨਾਂ ਦੈਂਤਾਂ ਦਾ ਨਾਸ ਕਰਨ ਵਾਸਤੇ ਆਪ ਜੀ ਮੇਰੀ ਮਦਦ ਕਰੋ। ਤੇ ਉਸ ਵੇਲੇ ਬਚਨ ਆਇਆ, ਕਹਿਣ ਲੱਗੇ ਵੀ ਫਿਰ ਪਰਮਾਤਮਾ ਨੇ ਆਖਿਆ ਵੀ ਰਿਖੀ ਜੀ ਜੇ ਅਸੀਂ ਜਨਮ ਲੈ ਕੇ ਆਏ ਤੇ ਸਾਨੂੰ ਬੜਾ ਲੰਮਾ ਸਮਾਂ ਲੱਗ ਜਾਣਾ, ਉਹਨੇ ਚਿਰ ਨੂੰ ਤੇ ਬੜਾ ਕੁਝ ਇੱਥੇ ਹੋ ਜਾਏਗਾ, ਸਾਨੂੰ ਹੁਣੇ ਪ੍ਰਗਟ ਕਰਨ ਦਾ ਇੱਕ ਮੌਕਾ ਦਿਓ। ਤੇ ਮੌਕਾ ਇਹ ਦਿੱਤਾ, ਬਹਾਨਾ ਇਹ ਬਣਾਇਆ, ਜਿਸ ਸ਼ੇਰ ਦੀ ਖੱਲ ਦੇ ਉੱਪਰ ਬੈਠ ਕੇ ਰਿਖੀ ਤਪ ਕਰਦਾ ਸੀ ਨਾ, ਉਸ ਖੱਲ ਨੂੰ ਚੁੱਕ ਕੇ ਉਸਨੇ ਝਾੜਿਆ ਜਿਵੇਂ ਆਪਾਂ ਕੱਪੜਾ ਝਾੜਦੇ ਹਾਂ, ਅਤੇ ਉਹਦੇ ਵਿੱਚੋਂ ਫਿਰ ਦੁਸ਼ਟ ਦਮਨ ਦਾ ਅਵਤਾਰ ਹੋਇਆ। ਅਤੇ ਦੁਸ਼ਟ ਦਮਨ ਦੀਆਂ ਨੇ ਫਿਰ ਪੁੱਛਿਆ ਰਿਖੀ ਜੀ ਕੀ ਮੈਨੂੰ ਯਾਦ ਕਿਉਂ ਕੀਤਾ, ਕਿਉਂ ਪ੍ਰਗਟ ਕੀਤਾ? ਕਹਿਣ ਲੱਗੇ ਆ ਦੈਨ ਤੰਗ ਕਰਦੇ ਪਏ, ਇਹਨਾਂ ਦਾ ਨਾਸ਼ ਕਰੋ, ਦੁਸ਼ਟਾਂ ਨੂੰ ਦਮਨ ਕਰ ਦਿਓ, ਖਤਮ ਕਰ ਦਿਓ। ਉਸ ਵੇਲੇ ਫਿਰ ਪ੍ਰਗਟ ਹੋ ਕੇ ਉਹਨਾਂ ਦੈਂਤਾਂ ਦਾ ਨਾਸ ਕੀਤਾ ਅਤੇ ਫਿਰ ਆਪ ਤਪ ਕਰਨ ਵਾਸਤੇ, ਬੰਦਗੀ ਕਰਨ ਵਾਸਤੇ ਹੇਮਕੁੰਡ ਸਾਹਿਬ ਪਰਬਤ ਨੂੰ ਚਲੇ ਗਏ। ਇਹ ਸ਼ਾਸਤਰਾਂ ਦੇ ਵਿੱਚ, ਗ੍ਰੰਥਾਂ ਦੇ ਵਿੱਚ ਇਸ ਤਰ੍ਹਾਂ ਬਚਨ ਲਿਖਿਆ ਹੋਇਆ। ਕਹਿਣ ਲੱਗੇ ਵੀ ਇਸ ਤਰ੍ਹਾਂ ਝਟਕੇ ਸਿੰਘ ਖਾਲ ਕਰ ਧਰੇ, ਸਿੰਘ ਨਾਮ ਸ਼ੇਰ ਦਾ, ਵੀ ਸ਼ੇਰ ਦੀ ਉਹ ਖੱਲ ਜਿਹਦੇ ਉੱਪਰ ਬੈਠੇ ਸਨ ਜਦੋਂ ਝਾੜਿਆ, ਉਹਦੇ ਵਿੱਚੋਂ ਫਿਰ ਦੁਸ਼ਟ ਤਮਨ ਜੀ ਪੈਦਾ ਹੋਏ ਹਨ। ਤੇ ਕਹਿਣ ਲੱਗੇ ਵੀ ਇਹ ਪਰਮਾਤਮਾ ਜਿਹੜਾ ਨਾ ਮਰਿਆਦਾ ਪੁਰਸ਼ੋਤਮਾ ਅਕਾਲ ਪੁਰਖ ਜੀ, ਉਹਦੀ ਅੰਸ਼ ਨੇ ਦੁਸ਼ਟ ਦਮਨ ਦੀ, ਅਤੇ ਦੁਸ਼ਟ ਦਮਨ ਜੀ ਦਾ ਨਾਮ ਆਪਾਂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਲਿਖਦੇ ਹਾਂ, ਆਖਦੇ ਹਾਂ। ਮਹਾਰਾਜ ਨੇ ਆਪਣੀ ਕਥਾ ਆਪਣੇ ਜੀਵਨ ਦੀ ਆਪ ਲਿਖੀ ਹੈ। ਕੁਝ ਲੋਕ ਇਹਦੇ ਉੱਪਰ ਸ਼ੰਕਾ ਵੀ ਕਰਦੇ, ਕਿੰਤੂ ਵੀ ਕਰਦੇ ਵੀ ਹੋ ਨਹੀਂ ਸਕਦਾ ਹੈ ਜਾਂ ਇਹ ਗੱਲ ਬਣਾਈ ਹੈ, ਕਹਾਣੀ ਬਣਾਈ ਹੈ। ਪਰ ਮਹਾਰਾਜ ਨੇ ਆਪ ਲਿਖਿਆ ਵੀ ਅਬ ਮੈਂ ਆਪਣੀ ਕਥਾ ਬਖਾਨੋ, ਤਪ ਸਾਧਤ ਜਿਹ ਵਿਧ ਮੋਹਿਆਨੋ, ਹੇਮ ਕੁੰਡ ਪਰਬਤ ਹੈ ਜਹਾਂ, ਸਬਤ ਸਰਿੰਗ ਸੋਭਤ ਹੈ ਤਹਾਂ, ਤੈ ਹਮ ਅਧਿਕ ਤਪੱਸਿਆ ਸਾਧੀ, ਉੱਥੇ ਬੈਠ ਕੇ ਅਸੀਂ ਤਪ ਕੀਤਾ। ਰੋ ਵਿਚਾਰ। ਸੋ ਕਹਿੰਦੇ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਿੱਲੀ ਵਿਖੇ ਬੈਠੇ ਹੋਏ ਆਪਣੇ ਪੁੱਤਰ ਦੀ ਚਿੱਠੀ ਪੜ੍ਹ ਕੇ ਇਹ ਬਚਨ ਯਾਦ ਆ ਗਿਆ ਵੀ ਇਹ ਸਾਡੇ ਪੁੱਤਰ ਉਹ ਨੇ ਜਿਨ੍ਹਾਂ ਨੇ ਪਿਛਲੇ ਜਨਮ ਦੇ ਵਿੱਚ ਵੀ ਸਾਡੀ ਰੱਖਿਆ ਕੀਤੀ ਹੈ ਦੁਸ਼ਟ ਦਮਨ ਬਣ ਕੇ, ਅਤੇ ਹੁਣ ਵੀ ਇਹ ਪੁੱਤਰ ਬਣ ਕੇ ਸਾਡੇ ਘਰ ਵਿੱਚ ਆਏ ਹਨ। ਇਹ ਪਰਮਾਤਮਾ ਦੇ, ਸੋ ਕਹਿਣ ਲੱਗੇ, ਰੂਪ ਹਨ ਜੋ ਪਰਮਾਤਮਾ ਮਾਨ ਸਰੋਵਰ ਹੈ ਉਸ ਵਿੱਚ ਰਹਿਣ ਵਾਲੇ ਗੁਰਮੁਖ ਹੰਸ ਹਨ। ਤੇ ਅਤੇ ਇਹਨਾਂ ਨੇ ਉਸ ਜਨਮ ਦੇ ਵਿੱਚ, ਸਤਯੁਗ ਦੇ ਵਿੱਚ ਵੀ ਲੱਖਾਂ ਦੀ ਗਿਣਤੀ ਵਿੱਚ ਰਾਕਸ਼ਸ ਜਿਹੜੇ ਸਨ, ਦੈਂਤ ਜਿਹੜੇ ਸਨ, ਉਹਨਾਂ ਨੂੰ ਇਹਨਾਂ ਨੇ ਮਾਰ ਕੇ ਖਪਾਇਆ ਹੈ। ਤੇ ਬੜੇ ਬੜੇ ਯੋਧੇ ਸਨ। ਕਹਿਣ ਲੱਗੇ ਉਹਨਾਂ ਯੋਧਿਆਂ ਵਿੱਚ ਇੱਕ ਰਕਤ ਬੀਜ ਨਾਮ ਦਾ ਇੱਕ ਯੋਧਾ ਸੀ, ਉਹਨੇ ਤਪ ਕਰਕੇ ਵਾਰੇ ਮੰਗ ਲਿਆ ਵੀ ਜਿੰਨੀਆਂ ਬੂੰਦਾਂ ਮੇਰੀਆਂ ਧਰਤੀ ਦੇ ਉੱਪਰ ਖੂਨ ਦੀਆਂ ਡੁੱਲਣਗੀਆਂ, ਉਨੇ ਹੀ ਮੇਰੇ ਰੂਪ ਬਣ ਜਾਣ, ਮੈਂ ਮਰਾਂ ਨਾ ਕਿਸੇ ਕੋਲੋਂ, ਜੇ ਮੈਨੂੰ ਕੋਈ ਤਲਵਾਰ ਕੋਈ ਫੱਟ ਮਾਰੇ ਤੇ ਮੇਰਾ ਖੂਨ ਧਰਤੀ ਤੇ ਡੁੱਲੇ ਤੇ ਉਨੇ ਹੀ ਮੇਰੇ ਸਰੀਰ ਬਣ ਜਾਣ। ਇਹੋ ਜਿਹਾ ਦੈਂਤਾਂ ਨੂੰ ਫਿਰ ਕਹਿੰਦੀ ਉੱਥੇ ਸੋਧਾ ਲਾਇਆ ਹੈ। ਤੇ ਫਿਰ ਉਸ ਵੇਲੇ ਚੰਡਕਾ ਜਿਹੜੀ ਦੇਵੀ ਹੈ ਦੇਵਤਿਆਂ ਦੀ ਮਦਦ ਵਾਸਤੇ ਆਈ, ਕਹਿੰਦੇ ਉਹਦੀ ਵੀ ਫਿਰ ਇਸ ਤਰ੍ਹਾਂ ਜਿੱਤ ਹੋਈ ਹੈ। ਤੇ ਕਹਿਣ ਲੱਗੇ ਉਸ ਵੇਲੇ ਫਿਰ ਬਹੁਤ ਜ਼ਿਆਦਾ ਪ੍ਰਸੰਨਤਾ ਦੇ ਨਾਲ ਵਰ ਬਖਸ਼ਿਸ਼ ਹੋਏ ਹਨ।
ਇਸ ਤਰ੍ਹਾਂ ਕਹਿੰਦੇ ਭਾਈ ਇਹ ਸਤਜੁਗ ਦੀ ਕਥਾ ਹੈ। ਉਦੋਂ ਦੇ ਇਹ ਤਪ ਕਰਨ ਵਾਸਤੇ ਬੈਠੇ ਨੇ, ਜਿਹੜਾ ਹਜ਼ੂਰ ਸਾਹਿਬ ਦੀ ਧਰਤੀ ਤੇ ਆਪਾਂ ਦਰਸ਼ਨ ਕਰਨ ਜਾਂਦੇ ਆ। ਇਹ ਹਜ਼ੂਰ ਸਾਹਿਬ ਵੀ ਸਥਾਨ ਦਸਵੇਂ ਪਾਤਸ਼ਾਹ ਦਾ ਕਹਿੰਦੇ ਸਤਜੁਗ ਦਾ ਸਥਾਨ ਹੈ। ਉੱਥੇ ਭਾਈ ਹਰ ਸਿੰਘ ਜੀ ਜਿਹੜੇ ਸਨ ਉਹ ਦਸਵੇਂ ਪਾਤਸ਼ਾਹ ਦੇ ਨਾਲ ਰਹਿਣ ਵਾਲੇ ਇੱਕ ਸਿੱਖ ਸੀ, ਨਾਮ ਹੈ ਭਾਈ ਹਰ ਸਿੰਘ ਜੀ। ਉਹ ਡਾਇਰੀ ਲਿਖਦੇ ਸਨ ਰੋਜ਼ ਦੀ ਰੋਜ਼ ਕਿ ਮਹਾਰਾਜ ਨੇ ਅੱਜ ਕੀ ਕੀਤਾ, ਅੱਜ ਕੀ ਕੀਤਾ। ਉਹਦੇ ਵਿੱਚ ਉਹਨਾਂ ਨੇ ਬਚਨ ਲਿਖਿਆ ਵੀ ਇੱਥੇ ਦਸਵੇਂ ਪਾਤਸ਼ਾਹ ਨੇ ਇਸ ਸਥਾਨ ਨੂੰ ਪ੍ਰਗਟ ਕੀਤਾ ਸੀ, ਜਿਹੜਾ ਹਜ਼ੂਰ ਸਾਹਿਬ ਅੱਜ ਆਪ ਦਰਸ਼ਨ ਕਰਦੇ ਹੋ ਨਾ। ਦਸਵੇਂ ਪਾਤਸ਼ਾਹ ਮਹਾਰਾਜ ਨਗੀਨਾ ਘਾਟ ਦੀ ਜਿਹੜੀ ਧਰਤੀ ਹੈ ਨਾ, ਜਦੋਂ ਆਪਾਂ ਲੰਗਰ ਸਾਹਿਬ ਗੁਰਦੁਆਰੇ ਜਾਂਦੇ ਹਾਂ, ਜਿਹੜੇ ਕਾਰ ਸੇਵਾ ਵਾਲੇ ਬਾਬੇ ਨੇ ਬਾਬਾ ਬਲਵਿੰਦਰ ਸਿੰਘ ਜੀ, ਉਹਨਾਂ ਦੇ ਗੁਰਦੁਆਰੇ ਦੇ ਨਾਲ ਹੀ ਅਗਲੇ ਬੰਨੇ ਨਗੀਨਾ ਘਾਟ ਗੁਰਦੁਆਰਾ ਗੋਦਾਵਰੀ ਦੇ ਕੰਢੇ 'ਤੇ ਬਣਿਆ ਹੋਇਆ। ਇੱਕ ਦਿਨ ਸਤਿਗੁਰੂ ਇੱਥੇ ਬੈਠੇ ਸਨ, ਸੰਗਤਾਂ ਸਿੱਖ ਬੈਠੇ ਹੋਏ ਅਤੇ ਮਹਾਰਾਜ ਨੇ ਸੁਭਾਵਕ ਹੀ ਬਚਨ ਕੀਤਾ, ਕਹਿਣ ਲੱਗੇ ਭਾਈ ਇਹ ਸਾਡੇ ਸਤਿਯੁਗ ਦਾ ਸਥਾਨ ਹੈ, ਸਤਿਯੁਗ ਵਿੱਚ ਬੈਠ ਕੇ ਅਸੀਂ ਇੱਥੇ ਭਗਤੀ ਕਰਦੇ ਰਹੇ। ਉਸ ਵੇਲੇ ਸਿੱਖਾਂ ਨੇ ਕਿਹਾ ਮਹਾਰਾਜ ਦਰਸ਼ਨ ਕਰਵਾਓ ਕਿੱਥੇ ਹੈ, ਅਤੇ ਸਤਿਗੁਰਾਂ ਨੇ ਨਗੀਨਾ ਘਾਟ ਦੀ ਧਰਤੀ 'ਤੇ ਬੈਠ ਕੇ ਕਹਿਣ ਲੱਗੇ ਲਿਆਓ ਸਾਡਾ ਤੀਰ ਕਮਾਨ ਲੈ ਕੇ ਆਓ, ਅਸੀਂ ਉਹ ਅੱਜ ਸਥਾਨ ਪ੍ਰਗਟ ਕਰਾਂਗੇ। ਹੁਣ ਪ੍ਰਗਟ ਕਰਕੇ ਤੁਹਾਨੂੰ ਦਿਖਾਉਂਦੇ ਹਾਂ। ਨਗੀਨਾ ਘਾਟ ਦੀ ਧਰਤੀ 'ਤੇ ਬੈਠਿਆਂ ਮਹਾਰਾਜ ਨੇ ਤੀਰ ਚਲਾਇਆ, ਉਹ ਤੀਰ ਜਾ ਕੇ ਉਸ ਜਗ੍ਹਾ 'ਤੇ ਲੱਗਾ ਜਿੱਥੇ ਅੱਜ ਆਪਾਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਤਖਤ ਸਾਹਿਬ 'ਤੇ ਮੱਥਾ ਟੇਕਦੇ ਹਾਂ। ਫਿਰ ਜਿਹੜੇ ਉੱਥੋਂ ਦੇ ਲੋਕ ਸਨ ਮੁਸਲਮਾਨ, ਉਹਨਾਂ ਨੇ ਵਿਰੋਧ ਕੀਤਾ, ਕਹਿਣ ਲੱਗੇ ਵੀ ਨਹੀਂ ਇੱਥੇ ਤਾਂ ਸਾਡੀ ਮਸੀਤ ਹੈ, ਉੱਥੇ ਮਸੀਤ ਬਣੀ ਹੋਈ ਸੀ, ਮੁਸਲਮਾਨ ਉੱਥੇ ਨਮਾਜ਼ ਵਗੈਰਾ ਪੜ੍ਹਦੇ। ਉਹਨਾਂ ਨੇ ਦਾਅਵਾ ਲਾ ਦਿੱਤਾ, ਕਹਿਣ ਲੱਗੇ ਜੀ ਇਹ ਸਾਡੀ ਮਸੀਤ ਹੈ, ਇਹ ਕਾਗਜ਼ਾਤ ਇਹਦੇ ਜਗ੍ਹਾ 'ਤੇ ਸਾਡੇ ਨਾਮ ਨੇ। ਹੁਣ ਇਹ ਗੱਲ ਜਿਹੜੀ ਹੈ ਬਹਾਦਰ ਸ਼ਾਹ ਬਾਦਸ਼ਾਹ ਕੋਲ ਪਹੁੰਚ ਗਈ। ਬਹਾਦਰ ਸ਼ਾਹ ਉਸ ਵੇਲੇ ਹਿੰਦੁਸਤਾਨ ਦਾ ਰਾਜਾ ਸੀ ਔਰ ਬਹਾਦਰ ਸ਼ਾਹ ਨੂੰ ਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਖਸ਼ਿਆ ਸੀ। ਬਹਾਦਰ ਸ਼ਾਹ ਦੇ ਕੋਲ ਜਦੋਂ ਇਹ ਕੇਸ ਚਲਾ ਗਿਆ, ਉਸ ਵੇਲੇ ਬਹਾਦਰ ਸ਼ਾਹ ਨੇ ਉਹਨਾਂ ਦੇ ਕਾਗਜ਼ ਪੱਤਰ ਦੇਖੇ ਵੀ ਇਹ ਮੁਸਲਮਾਨ ਠੀਕ ਕਹਿ ਰਹੇ ਨੇ ਵੀ ਜਗ੍ਹਾ 'ਤੇ ਵਾਕਿਆ ਹੀ ਇਹਨਾਂ ਦੀ ਔਰ ਮਸੀਤ ਵੀ ਬਣੀ ਹੋਈ। ਪਰ ਬਹਾਦਰ ਸ਼ਾਹ ਇਹ ਵੀ ਜਾਣਦਾ ਵੀ ਦਸਵੇਂ ਪਾਤਸ਼ਾਹ ਵੀ ਝੂਠ ਨਹੀਂ ਬੋਲ ਸਕਦੇ, ਜੇ ਇਹਨਾਂ ਨੇ ਕਿਹਾ ਤਾਂ ਜਗ੍ਹਾ 'ਤੇ ਇਹਨਾਂ ਦੀ ਹੋਵੇਗੀ। ਉਸ ਵੇਲੇ ਫਿਰ ਬਹਾਦਰ ਸ਼ਾਹ ਬਾਦਸ਼ਾਹ ਨੇ ਹੱਥ ਜੋੜ ਕੇ ਆਖਿਆ ਮਹਾਰਾਜ ਆਪ ਜੀ ਕਿਰਪਾ ਕਰੋ, ਕੋਈ ਨਿਸ਼ਾਨੀ ਵਿਖਾਓ ਤਾਂ ਕਿ ਇਹਨਾਂ ਲੋਕਾਂ ਦੀ ਤਸੱਲੀ ਹੋ ਜਾਵੇ। ਅਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜੇ ਨਿਸ਼ਾਨੀ ਵੇਖਣੀ ਚਾਹੁੰਦੇ ਹੋ ਫਿਰ ਮਿੱਟੀ ਨੂੰ ਫਰੋਲੋ, ਮਿੱਟੀ ਨੂੰ ਪੱਟੋ, ਸਾਡੀਆਂ ਨਿਸ਼ਾਨੀਆਂ ਤੁਹਾਨੂੰ ਮਿਲ ਜਾਣਗੀਆਂ। ਜਦੋਂ ਉਸ ਮਿੱਟੀ ਨੂੰ ਪੱਟਿਆ ਗਿਆ ਅਤੇ ਕਹਿਣ ਲੱਗੇ ਉੱਥੇ ਮਹਾਰਾਜ ਸਾਹਿਬ ਜੀਆਂ ਦੇ ਹੱਥ 'ਚ ਫੜਨ ਗੜਵਾ ਪਾਣੀ ਵਾਲਾ, ਹੱਥ 'ਚ ਫੜਨ ਵਾਲੀ ਮਾਲਾ, ਇਸ ਤਰ੍ਹਾਂ ਦੀਆਂ ਕਈ ਵਸਤੂਆਂ ਜਿਹੜੀਆਂ ਉੱਥੋਂ ਮਿਲੀਆਂ। ਮਹਾਰਾਜ ਨੇ ਆਖਿਆ ਇਹ ਵਸਤੂਆਂ ਸਾਡੀਆਂ ਉਸ ਸਮੇਂ ਦੀਆਂ ਨੇ ਜਦੋਂ ਅਸੀਂ ਇੱਥੇ ਬੈਠ ਕੇ ਤਪ ਕਰਦੇ ਸੀ, ਇਸ ਕਰਕੇ ਇਹ ਜਗ੍ਹਾ ਸਾਡੀ ਹੈ, ਹੁਣ ਕਿਸੇ ਦੇ ਨਾ ਹੋਵੇ ਇਹ ਵੱਖਰੀ ਗੱਲ ਹੈ। ਬਹਾਦਰ ਸ਼ਾਹ ਬਾਦਸ਼ਾਹ ਫਿਰ ਇਹ ਗੱਲ ਵੇਖ ਕੇ ਉਹਨੂੰ ਯਕੀਨ ਹੋ ਗਿਆ ਵੀ ਵਾਕਿਆ ਹੀ ਮਹਾਰਾਜ ਇੱਥੇ ਪਹਿਲਾਂ ਸਮਾਂ ਬੰਦਗੀ ਕਰਦੇ ਰਹੇ, ਇਹ ਜਗ੍ਹਾ ਇਹਨਾਂ ਦੀ ਹੈ। ਬਹਾਦਰ ਸ਼ਾਹ ਨੇ ਉਹ ਜਗ੍ਹਾ ਜਿਹੜੀ ਸੀ ਫਿਰ ਸਤਿਗੁਰਾਂ ਦੇ ਨਾਮ ਕਰ ਦਿੱਤੀ ਵੀ ਮਹਾਰਾਜ ਤੁਹਾਡੀ ਜਗ੍ਹਾ ਆਪ ਜੀ ਮੌਜ ਕਰੋ, ਅਤੇ ਇਸ ਤਰ੍ਹਾਂ ਉਹ ਮਹਾਰਾਜ ਸਾਹਿਬ ਜੀਆਂ ਦਾ ਸਥਾਨ ਪ੍ਰਗਟ ਹੋਇਆ। ਫਿਰ ਮਹਾਰਾਜ ਜੀ ਜੋਤੀ ਜੋਤ ਸਮਾਏ, ਸਰੀਰ ਛੱਡਿਆ ਅਤੇ ਤਖਤ ਸਾਹਿਬ 'ਤੇ ਜਿੱਥੇ ਆਪਾਂ ਮੱਥਾ ਟੇਕਦੇ ਹਾਂ ਇੱਥੇ ਮਹਾਰਾਜ ਜੀਆਂ ਦਾ ਅੰਤਮ ਸੰਸਕਾਰ ਹੋਇਆ ਸਰੀਰ ਦਾ। ਇਹ ਉਹ ਜਗ੍ਹਾ ਹੈ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਇੱਥੇ ਮਹਾਰਾਜ ਜੀਆਂ ਦਾ ਅੰਤਮ ਸੰਸਕਾਰ ਕੀਤਾ ਗਿਆ। ਅਤੇ ਉਸ ਤੋਂ ਮਗਰੋਂ ਬੜਾ ਚਿਰ ਉਹ ਮੁਸਲਮਾਨ ਜਿਹੜੇ ਸਨ ਉਹ ਸਿੱਖਾਂ ਦੇ ਨਾਲ ਇਸ ਗੱਲ ਦਾ ਹੀ ਝਗੜਾ ਉਹਨਾਂ ਨੇ ਪਾਈ ਰੱਖਿਆ ਵੀ ਅਸੀਂ ਨਹੀਂ ਮੰਨਦੇ, ਇਹ ਜਗ੍ਹਾ ਸਾਡੀ ਹੈ। ਬੜਾ ਲੰਮਾ ਸਮਾਂ ਉੱਥੇ ਇਸ ਗੱਲ ਦਾ ਵਿਰੋਧ ਚੱਲਦਾ ਰਿਹਾ। ਹੁਣ ਜਾ ਕੇ ਸੰਗਤਾਂ ਦੀ ਗਿਣਤੀ ਵਧੀ ਹੈ, ਸੰਗਤ ਦਾ ਜ਼ੋਰ ਪਿਆ ਅਤੇ ਹੁਣ ਜਾ ਕੇ ਉਹ ਸਾਰਾ ਕੁਝ ਜਿਹੜਾ ਹੈ ਉਹ ਸਿੱਖ ਸੰਗਤ ਕੋਲ ਆ ਗਿਆ। ਨਹੀਂ ਤਾਂ ਉੱਥੇ ਬੜਾ ਲੰਮਾ ਸਮਾਂ ਪਹਿਲਾਂ ਇਸ ਗੱਲ ਦਾ ਝਗੜਾ ਚੱਲਦਾ ਰਿਹਾ। ਉੱਥੋਂ ਦੇ ਦੱਖਣੀ ਸਿੱਖਾਂ ਦੀ ਕਾਫੀ ਕੁਰਬਾਨੀ ਹੈ ਉਸ ਸਥਾਨ ਨੂੰ ਸੰਭਾਲ ਕੇ ਰੱਖਣ ਦੇ ਵਿੱਚ, ਜਿਹੜੇ ਸਮੇਂ ਸਮੇਂ 'ਤੇ ਉਹਨਾਂ ਨਾਲ ਲੜਦੇ ਰਹੇ ਔਰ ਸਥਾਨ ਦੀ ਸੇਵਾ ਕਰਦੇ ਰਹੇ। ਉਸ ਤੋਂ ਮਗਰੋਂ ਮਹਾਰਾਜਾ ਰਣਜੀਤ ਸਿੰਘ ਨੇ ਫਿਰ 700 ਏਕੜ ਦੇ ਕਰੀਬ ਜਿਹੜੀ ਜ਼ਮੀਨ ਹੈ ਉਸ ਤਖਤ ਸਾਹਿਬ ਦੇ ਨਾਮ ਦੇ ਨਾਲ ਲਾਈ। ਜਿੰਨਾ ਵੀ ਇਹ ਨੰਦੇੜ ਸ਼ਹਿਰ ਵਸਿਆ ਹੋਇਆ ਨਾ, ਸਟੇਸ਼ਨ ਬਣਿਆ, ਏਅਰਪੋਰਟ ਜੋ ਵੀ ਬਣਿਆ ਹੋਇਆ, ਇਹ ਸਾਰੀ ਦੀ ਸਾਰੀ ਜ਼ਮੀਨ ਗੁਰਦੁਆਰਾ ਸਾਹਿਬ ਦੀ ਹੈ ਜਿਹੜੀ ਮਹਾਰਾਜੇ ਰਣਜੀਤ ਸਿੰਘ ਦੇ ਵੱਲੋਂ ਲਾਈ ਗਈ। ਉਹ ਵੱਖਰੀ ਗੱਲ ਹੈ ਕਿ ਇਹਨਾਂ ਕੋਲੋਂ ਸਾਂਭੀ ਨਹੀਂ ਗਈ, ਲੋਕ ਮੱਲ ਕੇ ਆਪੋ ਆਪਣਾ ਕਬਜ਼ਾ ਕਰਕੇ ਪਰੇ ਹੋ ਗਏ, ਪਰ ਹਾਲੇ ਵੀ ਉਹ ਜ਼ਮੀਨ ਤਖਤ ਸਾਹਿਬ ਦੇ ਨਾਮ 'ਤੇ ਹੀ ਬੋਲਦੀ ਹੈ। ਇਹ ਮਹਾਰਾਜਾ ਰਣਜੀਤ ਸਿੰਘ ਨੇ ਸੇਵਾ ਕੀਤੀ ਸੀ। ਰੋ ਵਿਚਾਰ ਸੋ ਇੱਥੇ ਸਤਿਯੁਗ ਦੇ ਵਿੱਚ ਕਹਿਣ ਲੱਗੇ ਵੀ ਅਸੀਂ ਬੈਠ ਕੇ ਬੜਾ ਲੰਮਾ ਸਮਾਂ ਤਪ ਕੀਤਾ,
ਕੀਤਾ ਇਹ ਸਤਜੁਗ ਦੇ ਵਿੱਚ ਨਦੇੜ ਦੇ ਵਿੱਚ ਅਸੀਂ ਰਹੇ ਹਾਂ ਤੇ ਸਤਜੁਗ ਦੇ ਵਿੱਚ ਇਹ ਸਾਰੇ ਕਾਰਜ ਕੀਤੇ ਹਨ ਤੇ ਉਦੋਂ ਤੇ ਬਹੁਤ ਵੱਡਾ ਤਪ ਕੀਤਾ ਹੈ ਤਪ ਦੇ ਵਿੱਚ ਮੰਨੇ ਪਰਮੰਨੇ ਆਪ ਜੀਆਂ ਨੇ ਤਪ ਕੀਤਾ ਹੈ ਇਸ ਜਗ੍ਹਾ ਦੇ ਉੱਪਰ ਨੌ ਰਿਖੀ ਰਹਿੰਦੇ ਸਨ ਉਹਨਾਂ ਨੌ ਰਿਖੀਆਂ ਤੋਂ ਨਦੇੜ ਬਣਿਆ ਨਦੇੜ ਦਾ ਨਾਮ ਵੀ ਨੌ ਰਿਖੀ ਜਿਹੜੇ ਨਾਲ ਤਪ ਕਰਦੇ ਸਨ ਕੋਈ ਸਾਧੂ ਹੋਣਗੇ ਬੰਦਗੀ ਵਾਲੇ ਗੁਰਮੁਖ ਉਹਨਾਂ ਦੀ ਗਿਣਤੀ ਨੌ ਹੈ ਉਹਨਾਂ ਨੌਵਾਂ ਤੋਂ ਨਦੇੜ ਦਾ ਇਹ ਜਿਹੜਾ ਨਾਮ ਹੈ ਅੱਜ ਆਪਾਂ ਲੈਂਦੇ ਹਾਂ ਸੋ ਇਸ ਤਰ੍ਹਾਂ ਕਹਿੰਦੇ ਇੱਥੇ ਮਹਾਰਾਜ ਬੈਠੇ ਹਨ ਕਹਿਣ ਲੱਗੇ ਵੀ ਇੱਥੇ ਇੰਨਾ ਤਪ ਕੀਤਾ ਹੈ ਨਾ ਹਜ਼ੂਰ ਸਾਹਿਬ ਦੀ ਧਰਤੀ 'ਤੇ ਬੈਠ ਕੇ ਨਦੇੜ ਦੀ ਧਰਤੀ 'ਤੇ ਬੈਠ ਕੇ ਦੇਵਤੇ ਵੀ ਪਰੇਸ਼ਾਨ ਹੋ ਗਿਆ ਵੀ ਕਿਹੜਾ ਇਹੋ ਜਿਹਾ ਵਿਅਕਤੀ ਹੈ ਜਿਹਨੇ ਇੰਨਾ ਸਮਾਂ ਬੈਠ ਕੇ ਤਪ ਕੀਤਾ ਹੈ ਕਹਿਣ ਲੱਗੇ ਵੀ ਇੰਨਾ ਤਪ ਕੀਤਾ ਵੀ ਸਤਿਗੁਰਾਂ ਦਾ ਹੁਣ ਤੇਜ ਪ੍ਰਤਾਪ ਝੱਲਿਆ ਨਹੀਂ ਜਾਂਦਾ ਕੋਈ ਸਾਹਮਣੇ ਖੜ ਨਹੀਂ ਸਕਦਾ ਇਹੋ ਜਿਹਾ ਤੇਜ ਤਪ ਕੀਤਾ ਹੈ ਅਤੇ ਜਦੋਂ ਫਿਰ ਕਹਿਣ ਲੱਗੇ ਵੀ ਅਸੀਂ ਅਰਾਧਿਆ ਸਮੁੰਡਰ ਰਿਖੀ ਦੇ ਰੂਪ ਦੇ ਵਿੱਚ ਜਦੋਂ ਅਸੀਂ ਉਹ ਸ਼ੇਰ ਦੀ ਖੱਲ ਛਾੜੀ ਜਦੋਂ ਅਸੀਂ ਅਰਾਧਿਆ ਹੈ ਤੇ ਉਸ ਵੇਲੇ ਜਦੋਂ ਅਸੀਂ ਫਿਰ ਨਵੇਂ ਰੂਪ ਦੇ ਵਿੱਚ ਆਏ ਇੱਥੇ ਗੁਰੂ ਤੇਗ ਬਹਾਦਰ ਦੇ ਰੂਪ ਦੇ ਵਿੱਚ ਆ ਕੇ ਪਰਮੇਸ਼ਰ ਨੂੰ ਯਾਦ ਕੀਤਾ ਅਰਦਾਸ ਕੀਤੀ ਪਰਮਾਤਮਾ ਪੁੱਤਰ ਬਖਸ਼ਿਸ਼ ਕਰ ਫਿਰ ਅਕਾਲ ਪੁਰਖ ਨੇ ਸਾਡੀ ਇਹ ਫਰਿਆਦ ਸੁਣ ਕੇ ਤੇ ਇਹਨਾਂ ਨੂੰ ਗੁਰਤਾ ਗੱਦੀ ਵਾਸਤੇ ਭੇਜਿਆ ਗੋਬਿੰਦ ਰਾਏ ਸਾਹਿਬ ਦੀਆਂ ਨੂੰ ਸਾਡੀ ਬੇਨਤੀ ਮੰਨ ਕੇ ਤਪ ਤੇ ਇਹਨਾਂ ਦਾ ਪਿਛਲੇ ਯੁੱਗਾਂ ਦਾ ਬਹੁਤ ਜ਼ਿਆਦਾ ਹੈ ਤਪ ਇੰਨਾ ਕੀਤਾ ਵੀ ਉੱਥੇ ਝੱਲ ਨਹੀਂ ਸਕਦਾ ਕੋਈ ਤੇਜ ਪ੍ਰਤਾਪ ਫਿਰ ਹਜ਼ੂਰ ਸਾਹਿਬ ਦੀ ਧਰਤੀ ਛੱਡ ਕੇ ਨਦੇੜ ਦੀ ਧਰਤੀ ਛੱਡ ਕੇ ਫਿਰ ਹੇਮਕੁੰਡ ਸਾਹਿਬ ਦੀ ਪਹਾੜੀ 'ਤੇ ਚਲੇ ਗਿਆ ਜਿੱਥੇ ਕੋਈ ਆਉਂਦਾ ਜਾਂਦਾ ਨਹੀਂ ਉੱਥੇ ਬੈਠ ਕੇ ਫਿਰ ਲੰਮਾ ਸਮਾਂ ਕਈ ਯੁੱਗ ਬੈਠ ਕੇ ਉੱਥੇ ਫਿਰ ਤਪ ਕੀਤਾ ਜਦੋਂ ਫਿਰ ਇੱਧਰ ਅਸੀਂ ਅਰਦਾਸ ਕੀਤੀ ਨਾ ਜਾ ਕੇ ਸੋ ਇਲਾਹਾਬਾਦ ਦੀ ਧਰਤੀ 'ਤੇ ਜਾ ਕੇ ਅਰਦਾਸ ਕੀਤੀ ਸ੍ਰੀ ਅਖੰਡ ਪਾਠ ਸਾਹਿਬ ਸਰਵਣ ਕੀਤੇ ਅਤੇ ਮਹਾਰਾਜ ਨੂੰ ਆਖਿਆ ਪਰਮਾਤਮਾ ਪੁੱਤਰ ਦੀ ਬਖਸ਼ਿਸ਼ ਕਰੋ ਸਾਡੀ ਇਹ ਫਰਿਆਦ ਸੁਣ ਕੇ ਅਕਾਲ ਪੁਰਖ ਜੀਆਂ ਨੇ ਫਿਰ ਇਹਨਾਂ ਨੂੰ ਸਾਡੇ ਪੁੱਤਰ ਦੇ ਰੂਪ ਦੇ ਵਿੱਚ ਸਾਡੇ ਕੋਲ ਭੇਜਿਆ ਹੈ ਤੇ ਇਹ ਕਰੋੜਾਂ ਜੀਵਾਂ ਨੂੰ ਪਵਿੱਤਰ ਕਰਨਗੇ ਇੰਨੀ ਸਮਰੱਥਾ ਹੈ ਸਾਡੇ ਪੁੱਤਰ ਗੋਬਿੰਦ ਰਾਏ ਜੀਆਂ ਦੇ ਵਿੱਚ ਵੀ ਇਹ ਕਰੋੜਾਂ ਜੀਵਾਂ ਨੂੰ ਪਵਿੱਤਰ ਕਰ ਦੇਣਗੇ ਆਪਣੀ ਚਰਨਾਂ ਦੀ ਛੋਹ ਦੇ ਕੇ ਆਪਣੇ ਪਵਿੱਤਰ ਦਰਸ਼ਨ ਬਖਸ਼ਿਸ਼ ਕਰਕੇ ਇਹਨਾਂ ਦੇ ਕੋਲ ਬਹੁਤ ਵੱਡੀ ਸ਼ਕਤੀ ਹੈ ਇਹੋ ਜਿਹੀਆਂ ਕਰਾਮਾਤਾਂ ਇਹਨਾਂ ਦੇ ਵਿੱਚ ਵੀ ਇਹਨਾਂ ਦੀ ਕਰਾਮਾਤ ਨੂੰ ਝੱਲ ਕੋਈ ਨਹੀਂ ਸਕਦਾ ਸਹਿ ਕੋਈ ਨਹੀਂ ਸਕਦਾ ਬੇਅੰਤ ਤਾਕਤਾਂ ਦੇ ਮਾਲਕ ਹਨ ਪਰ ਫਿਰ ਵੀ ਜਿਨਾਉਂਦੇ ਨਹੀਂ ਕਦਾ ਆਪਣਾ ਆਪ ਕਦੇ ਜਿਨਾਇਆ ਨਹੀਂ ਧੰਨ ਦਸਵੇਂ ਪਾਤਸ਼ਾਹ ਨੇ ਤਾਕਤ ਤਾਂ ਬੜੀ ਹੈ ਪਰ ਕਦੇ ਵੀ ਆਪਣਾ ਆਪ ਨਹੀਂ ਜਮਾਇਆ ਕਦੇ ਵੀ ਆਪਣਾ ਆਪ ਜਿਹੜਾ ਹੈ ਉਹ ਦਿਖਾਇਆ ਨਹੀਂ ਹੰਕਾਰ ਦੇ ਵਿੱਚ ਨਹੀਂ ਆਏ ਸਗੋਂ ਆਪਣੇ ਆਪ ਨੂੰ ਬੜਾ ਸੰਕੋਚ ਕੇ ਰੱਖਦੇ ਐਸੀ ਇਹਨਾਂ ਦੀ ਬੰਦਗੀ ਹੈ ਤੇ ਕਹਿਣ ਲੱਗੇ ਵੀ ਅਸੀਂ ਅਯਰ ਸ਼ਕਤੀ ਨੂੰ ਆਪਣਾ ਸੀਸ ਦੇਣ ਤੱਕ ਰੋਕ ਕੇ ਰੱਖਾਂਗੇ ਇਹ ਨਵੇਂ ਪਾਤਸ਼ਾਹ ਮਹਾਰਾਜ ਉਸ ਵੇਲੇ ਬਚਨ ਕਰਦੇ ਜਿੰਨਾ ਚਿਰ ਸਾਡਾ ਇਹ ਸਰੀਰ ਹੈ ਗੁਰੂ ਤੇਗ ਬਹਾਦਰ ਜੀ ਵਾਲਾ ਉਹਨਾਂ ਚਿਰ ਅਸੀਂ ਕੋਈ ਕਰਾਮਾਤ ਨਹੀਂ ਦਿਖਾਉਣੀ ਆਪਣਾ ਸੀਸ ਤੇ ਦੇ ਦਿਆਂਗੇ ਹਿੰਦੁਸਤਾਨ ਦੀ ਰੱਖਿਆ ਵਾਸਤੇ ਪਰ ਕਰਾਮਾਤ ਬਿਲਕੁਲ ਨਹੀਂ ਕਰਨੀ ਹੈ ਤੇ ਇਹ ਜਿਹੜੇ ਸਾਡੇ ਪੁੱਤਰ ਨੇ ਇਹ ਤੇ ਧੀਰਜ ਤੋਂ ਬਹੁਤ ਵੱਡੇ ਧੀਰਜਵਾਨ ਨੇ ਜਿਵੇਂ ਧਰਤੀ ਧੀਰਜ ਰੱਖਦੀ ਹੈ ਸਾਡੇ ਪੁੱਤਰ ਦੀ ਇਹੋ ਜਿਹੀ ਧੀਰਜ ਹੋਵੇਗੀ ਤੇ ਗੁਰਮੁਖੋ ਧੀਰਜ ਆਪਾਂ ਪਰਖ ਸਕਦੇ ਹਾਂ ਸੋ ਅਨੰਦਪੁਰ ਸਾਹਿਬ ਨੂੰ ਘੇਰਾ ਪੈ ਗਿਆ 8-9 ਮਹੀਨੇ ਘੇਰਾ ਪਿਆ ਰਿਹਾ ਸੰਗਤਾਂ ਸਿੱਖ ਪਰਿਵਾਰ ਵੀ ਬਚਨ ਕਰਨਾ ਪਿਆ ਮਹਾਰਾਜ ਚੱਲੀਏ ਇੰਨੇ ਭਿਆਨਕ ਸਮੇਂ ਵਿੱਚ ਡੋਲੇ ਨਹੀਂ ਕਹਿਣ ਲੱਗੇ ਬੈਠੇ ਰਹੋ ਅਕਾਲ ਪੁਰਖ ਭਲਾ ਹੀ ਕਰੇਗਾ ਪਰ ਫਿਰ ਵੀ ਜਦੋਂ ਪਰਿਵਾਰ ਨੇ ਸਿੱਖਾਂ ਨੇ ਜ਼ੋਰ ਪਾਇਆ ਉਹਨਾਂ ਦੀ ਬੇਨਤੀ ਮੰਨ ਕੇ ਅਨੰਦਪੁਰ ਸਾਹਿਬ ਨੂੰ ਛੱਡਿਆ ਸਰਸਾ ਨਦੀ ਦੇ ਕੰਢੇ 'ਤੇ ਬੈਠ ਗਿਆ ਮਗਰ ਫੌਜਾਂ ਦਾ ਬੜਾ ਵੱਡਾ ਦਲ ਤੁਰਿਆ ਆਉਂਦਾ ਮਾਰੋ ਮਾਰ ਕਰਦਾ ਉੱਥੇ ਵੀ ਧੀਰਜ ਵਿੱਚ ਬੈਠੇ ਕਹਿਣ ਲੱਗੇ ਆਸਾ ਦੀ ਵਾਰ ਦਾ ਕੀਰਤਨ ਕਰੋ ਅੰਮ੍ਰਿਤ ਵੇਲਾ ਹੋ ਗਿਆ ਕੋਈ ਨਹੀਂ ਇਹ ਫੌਜਾਂ ਦੇ ਆਉਂਦੀਆਂ ਜਾਂਦੀਆਂ ਰਹਿੰਦੀਆਂ ਜੰਗ 'ਤੇ ਹੁੰਦੇ ਰਹਿਣ ਉੱਥੇ ਵੀ ਧੀਰਜ ਨਹੀਂ ਡੋਲਿਆ ਬੜੇ ਆਰਾਮ ਨਾਲ ਬੈਠ ਕੇ ਕੀਰਤਨ ਕੀਤਾ ਅਤੇ ਸਰਵਣ ਕੀਤਾ ਅਤੇ ਜਦੋਂ ਸਰਸਾ ਤੋਂ ਚੱਲ ਕੇ ਮਹਾਰਾਜ ਚਮਕੌਰ ਦੀ ਗੜੀ ਵਿੱਚ ਪਹੁੰਚੇ ਸਾਰਾ ਪਰਿਵਾਰ ਖਿੰਡ ਗਿਆ ਕੋਈ ਪਤਾ ਨਹੀਂ ਕੋਈ ਕਿੱਧਰ ਨੂੰ ਗਿਆ ਕੋਈ ਕਿੱਧਰ ਨੂੰ ਗਿਆ ਦੋ ਪੁੱਤਰ ਕੋਲ ਸਨ ਪਰ ਮਹਾਰਾਜ ਜੀਆਂ ਦਾ ਧੀਰਜ ਉੱਥੇ ਵੀ ਨਹੀਂ ਡੋਲਿਆ ਪੁੱਤਰਾਂ ਨੂੰ ਥਾਪੜਾ ਦੇ ਕੇ ਆਪ ਜੰਗ ਦੇ ਵਿੱਚ ਤੋਰਿਆ
ਤੇ ਜਦੋਂ ਪੁੱਤਰ ਸ਼ਹੀਦ ਹੁੰਦੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਸ਼ਹੀਦੀ ਨੂੰ ਪ੍ਰਾਪਤ ਹੋ ਰਹੇ ਨੇ, ਦਸਵੇਂ ਪਾਤਸ਼ਾਹ ਮਹਾਰਾਜ ਜੀ ਗੜੀ ਦੇ ਉੱਪਰ ਚੜ੍ਹੇ ਹੋਏ ਜਕਾਰਾ ਛੱਡਦੇ ਪਏ, ਜਦੋਂ ਬਾਬਾ ਜੁਝਾਰ ਸਿੰਘ ਜੀ ਸ਼ਹੀਦੀ ਨੂੰ ਪ੍ਰਾਪਤ ਹੁੰਦੇ ਪਏ ਉਦੋਂ ਵੀ ਜਕਾਰਾ ਛੱਡ ਕੇ ਆਖਿਆ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ, ਮੇਰਾ ਪਰਮਾਤਮਾ ਤੇਰੀਆਂ ਦਿੱਤੀਆਂ ਦਾਤਾਂ ਤੇਰੇ ਕੋਲ ਆ ਗਈਆਂ, ਐਸਾ ਮਹਾਰਾਜ ਦੇ ਵਿੱਚ ਧੀਰਜ ਹੈ। ਭਾਵੇਂ ਪੁੱਤਰਾਂ ਦੀ ਸ਼ਹੀਦੀ ਸਾਹਮਣੇ ਹੁੰਦੀ ਪਈ ਹੈ, ਸਾਡੇ ਬੱਚੇ ਦੇ ਪੈਰ ਵਿੱਚ ਕੰਡਾ ਵੱਜ ਜਾਵੇ ਅਸੀਂ ਸਾਰਾ ਟੱਬਰ ਭੱਜੇ ਜਾਈਦਾ ਉਹਦੇ ਵੱਲ ਨੂੰ, ਸਾਡੇ ਕੋਲ ਰਿਹਾ ਨਹੀਂ ਜਾਂਦਾ ਉਸ ਵੇਲੇ ਦੌੜੀਦਾ ਵੀ ਇਹ ਕਿਉਂ ਵੱਜਿਆ ਹੈ। ਪਰ ਇੱਕ ਬਾਪ ਦੇ ਸਾਹਮਣੇ ਪੁੱਤਰ ਸ਼ਹੀਦ ਹੁੰਦਾ ਪਿਆ, ਮਹਾਰਾਜ ਵੇਖਦੇ ਪਏ ਪਰ ਆਖਿਆ ਕੋਈ ਨਹੀਂ ਇਹ ਪਰਮਾਤਮਾ ਦਾ ਭਾਣਾ ਹੈ। ਪੁੱਤਰਾਂ ਨੂੰ ਸ਼ਹੀਦ ਹੁੰਦੇ ਵੇਖ ਕੇ ਵੀ ਹੌਸਲਾ ਨਹੀਂ ਟੁੱਟਿਆ, ਧੀਰਜ ਨਹੀਂ ਖਤਮ ਹੋਇਆ। ਦੁਨੀਆਂ ਦੇ ਵਿੱਚ ਬੜੇ ਬੜੇ ਵੱਡੇ ਅਵਤਾਰ ਹੋਏ ਪਰ ਇਹੋ ਜਿਹਾ ਅਵਤਾਰ ਕੋਈ ਨਹੀਂ ਹੋਇਆ। ਜੇ ਆਪਾਂ ਉਹ ਇਤਿਹਾਸ ਨੂੰ ਹੁਣ ਸਰਵਣ ਕਰਨ ਲੱਗ ਪਈਏ ਬੜਾ ਲੰਮਾ ਸਮਾਂ ਲੱਗ ਜਾਏਗਾ। ਲੋਕਾਂ ਵੱਡਿਆਂ ਵੱਡਿਆਂ ਦੇ ਧੀਰਜ ਟੁੱਟ ਗਏ, ਕਹਿਣ ਲੱਗੇ ਮਹਾਭਾਰਤ ਦੇ ਜੰਗ ਦੇ ਵਿੱਚ ਜਦੋਂ ਅਭਿਮਨੂ ਦੀ ਮੌਤ ਹੋਈ, ਹੁਣ ਜੰਗ ਦੇ ਵਿੱਚ ਤੇ ਮਰਨਾ ਮਰਾਉਣਾ ਆਮ ਹੀ ਗੱਲ ਹੈ, ਅਭਿਮਨੂ ਦੀ ਮੌਤ ਹੋਈ, ਅਰਜਨ ਨੂੰ ਕਿਸੇ ਨੇ ਜਾ ਕੇ ਦੱਸਿਆ ਵੀ ਤੇਰਾ ਪੁੱਤਰ ਮਰ ਗਿਆ ਜੰਗ ਕਰਦੇ, ਤੇ ਕਹਿਣ ਲੱਗੇ ਇੰਨੀ ਗੱਲ ਸੁਣ ਕੇ ਨਾ ਆਪਣਾ ਤੀਰ ਕਮਾਨ ਸੁੱਟਿਆ ਉੱਥੇ ਤੇ ਭੁੱਬਾਂ ਮਾਰ ਕੇ ਰੋਣ ਲੱਗ ਪਿਆ ਵੀ ਇਹ ਕੀ ਹੋਇਆ, ਮੇਰਾ ਪੁੱਤਰ ਕਿਉਂ ਮਰਿਆ। ਉਸੇ ਵੇਲੇ ਪ੍ਰਤੱਗਿਆ ਕੀਤੀ, ਕਹਿਣ ਲੱਗਾ ਵੀ ਜਿਹਨੇ ਮੇਰੇ ਪੁੱਤਰ ਨੂੰ ਮਾਰਿਆ ਮੈਂ ਕੱਲ੍ਹ ਦਾ ਸੂਰਜ ਨਹੀਂ ਡੁੱਬਣ ਦਿਆਂਗਾ, ਸੂਰਜ ਡੁੱਬਣ ਤੋਂ ਪਹਿਲਾਂ ਜਾਂ ਤੇ ਉਹਨੂੰ ਮਾਰ ਦਿਆਂਗਾ, ਤੇ ਜੇ ਮੈਂ ਨਾ ਮਾਰ ਸਕਿਆ ਤੇ ਮੈਂ ਅੱਗ ਬਾਲ ਕੇ ਆਪ ਅੱਗ ਵਿੱਚ ਬੈਠ ਜਾਵਾਂਗਾ, ਆਪਣੇ ਆਪ ਨੂੰ ਮਾਰ ਲਵਾਂਗਾ। ਇਹ ਦੁਨੀਆਂ ਦੇ ਵਿੱਚ ਆਪਣੇ ਆਪ ਨੂੰ ਬੜਾ ਵੱਡਾ ਕਹਿਲਾਉਣ ਵਾਲਾ ਸੂਰਮਾ ਅਰਜਨ ਜੋ ਹੈ ਇਹ ਉਹਦੇ ਮੂੰਹ ਦੀਆਂ ਗੱਲਾਂ, ਪੁੱਤਰ ਦਾ ਮਰਨਾ ਸੁਣਿਆ ਚੀਕਾਂ ਮਾਰ ਮਾਰ ਕੇ ਢਾਹਾਂ ਮਾਰ ਮਾਰ ਕੇ ਰੋਂਦਾ, ਆਖਦਾ ਕੱਲ੍ਹ ਤੱਕ ਜਾਂ ਦੁਸ਼ਮਣ ਨੂੰ ਮਾਰਾਂਗਾ ਨਹੀਂ ਤੇ ਮੈਂ ਆਪਣੇ ਆਪ ਨੂੰ ਮਾਰ ਲਵਾਂਗਾ। ਇਹ ਉਹਨਾਂ ਲੋਕਾਂ ਦੀਆਂ ਗੱਲਾਂ ਮੋਹ ਵਿੱਚ ਪਏ ਹੋਏ, ਧੰਨ ਦਸਵੇਂ ਪਾਤਸ਼ਾਹ ਦੇ ਪੁੱਤਰ ਸ਼ਹੀਦੀ ਪ੍ਰਾਪਤ ਕਰਦੇ ਪਏ, ਕਹਿਣ ਲੱਗੇ ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ। ਇਹ ਧੀਰਜ ਹੈ ਉਹਨਾਂ ਦੇ ਵਿੱਚ ਜਿਹੜਾ ਕਦੇ ਵੀ ਧੀਰਜ ਖਤਮ ਨਹੀਂ ਹੋਇਆ। ਸੋ ਇੱਥੇ ਨਵੇਂ ਪਾਤਸ਼ਾਹ ਬਚਨ ਕਰਦੇ ਪਏ, ਕਹਿਣ ਲੱਗੇ ਦਸਵੇਂ ਪਾਤਸ਼ਾਹ ਦੇ ਵਿੱਚ ਬਹੁਤ ਵੱਡਾ ਧੀਰਜ ਹੋਣਾ ਆਉਣ ਵਾਲੇ ਸਮੇਂ ਦੇ ਵਿੱਚ, ਇਹਨਾਂ ਨੇ ਸਾਡੇ ਤੋਂ ਵੀ ਵੱਧ ਤਾਪ ਕੀਤਾ ਹੈ। ਇਹ ਨਵੇਂ ਪਾਤਸ਼ਾਹ ਦੇ ਬਚਨ ਨੇ ਵੀ ਸਾਡੇ ਨਾਲੋਂ ਵੀ ਵੱਡਾ ਜੀਵਨ ਸਾਡੇ ਪੁੱਤਰ ਦਾ, ਸਾਡੇ ਨਾਲੋਂ ਵੀ ਵੱਧ ਤਾਪ ਸਾਡੇ ਪੁੱਤਰ ਦਾ ਹੈ, ਸਾਡੇ ਨਾਲੋਂ ਵੀ ਵੱਧ ਧੀਰਜ ਸਾਡੇ ਪੁੱਤਰ ਦੇ ਵਿੱਚ ਹੋਵੇਗੀ ਆਉਣ ਵਾਲੇ ਸਮੇਂ ਦੇ ਵਿੱਚ। ਇਹ ਬਚਨ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਆਖੇ ਹਨ। ਇਹ ਆਪਣੇ ਆਪ ਨੂੰ ਛੁਪਾ ਕੇ ਰੱਖ ਰਹੇ ਨੇ, ਜਿਨਾਉਂਦੇ ਨਹੀਂ ਪਏ ਆਪਣੀ ਮਹਿਮਾ ਨੂੰ, ਆਪਣੀ ਵਡਿਆਈ ਨੂੰ ਦੱਸਦੇ ਨਹੀਂ ਹਨ। ਇਹ ਹੁਣ ਗੁਰਤਾ ਗੱਦੀ ਤੇ ਬੈਠਣ ਦੇ ਯੋਗ ਨੇ, ਇਹਨਾਂ ਨੂੰ ਗੁਰਤਾ ਗੱਦੀ ਹੁਣ ਦੇ ਦੇਣੀ ਚਾਹੀਦੀ ਹੈ, ਇੰਨੀ ਸਮਰੱਥਾ ਦੇ ਮਾਲਕ ਨੇ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਿੱਲੀ ਦੀ ਧਰਤੀ ਵਿਖੇ ਚਿੱਠੀ ਪੜ੍ਹ ਕੇ ਆਪਣੇ ਪੁੱਤਰ ਦੀ ਸੋਚਦੇ ਪਏ, ਇਹ ਗੁਰਤਾ ਗੱਦੀ ਤੇ ਬੈਠਣ ਦੇ ਯੋਗ ਨੇ, ਇਹਨਾਂ ਨੂੰ ਗੁਰਤਾ ਗੱਦੀ ਦੇ ਦਈਏ, ਦਸਵਾਂ ਗੁਰੂ ਥਾਪ ਦਈਏ ਗੁਰੂ ਨਾਨਕ ਸਾਹਿਬ ਦੀ ਗੁਰਤਾ ਗੱਦੀ ਦਾ। ਮਹਾਰਾਜ ਸਾਹਿਬ ਜੀ ਹੁਣ ਗੁਰਤਾ ਗੱਦੀ ਕਿਵੇਂ ਭੇਜਣਗੇ, ਸਿੱਖ ਦੇ ਹੱਥ ਕਿਹੜੇ ਕਿਹੜੇ ਬਚਨ ਕਰਨਗੇ, ਕਿਵੇਂ ਸ਼ਹੀਦੀ ਨੂੰ ਪ੍ਰਾਪਤ ਕਰਦੇ ਨੇ, ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ, ਪੁਲਾਂ ਦੀ ਮੁਆਫੀ, ਲੇਖਾ ਕਥਾ ਹੈ ਨਾ ਛੂਟੀ ਹੈ, ਬਖਸ਼ਣ ਹਾਰ ਬਖਸ਼ ਲੈ।